ਕਿਤੇ ਡਾਲਰਾਂ ਦੀ ਮਹਿਕ 'ਚ ਨਾ ਗਵਾ ਜੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰ ਖਰਾਬੀ ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਆਓ ਕਰੀਏ ਜੀ ਗੱਲ ਕੋਈ ਪੰਜਾਬੀ ਬੋਲੀ ਦੀ ਪੰਜਾਬੀ ਬੋਲੀ ਦੀ ਗੱਲ ਪੰਜਾਬੀ ਦੇ ਵਿੱਚ ਅਤੇ ਪੰਜਾਬੀਆਂ ਦੇ ਨਾਲ ਕਰਨ ਵਾਸਤੇ ਮੈਂ ਇੱਕ ਵਾਰ ਫੇਰ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅਗਰ ਅੱਜ ਦੇ ਸ਼ੋਅ ਦੀ ਗੱਲ ਕਰੀਏ ਤਾਂ ਮੈਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਦੱਸ ਦੇਵਾਂਗੇ ਅੱਜ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਜਿਹੜਾ ਉਹ ਨਹੀਂ ਹੋਏਗਾ ਕਿਉਂਕਿ ਸਾਡੇ ਸਟੂਡੀਓ ਦੇ ਵਿੱਚ ਅੱਜ ਮਹਿਮਾਨ ਆਏ ਨੇ ਮੈਂ ਚਾਹੁੰਦਾ ਸੀ ਉਹਨਾਂ ਨੂੰ ਲਾਈਵ ਤੁਹਾਡੇ ਰੂਬਰੂ ਕਰਾਂ ਤੁਹਾਡੀਆਂ ਕਾਲਾਂ ਵੀ ਲਈਏ ਪਰ ਸਮੇਂ ਦੀ ਕਮੀ ਕਰਕੇ ਲਾਈਵ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਰਿਕਾਰਡਿੰਗ ਪ੍ਰੋਗਰਾਮ ਜਿਹੜਾ ਅੱਜ ਉਹ ਕਰ ਰਹੇ ਹਾਂ ਪਰ ਅਗਰ ਪ੍ਰੋਗਰਾਮ ਦੀ ਗੱਲ ਕਰੀਏ ਪ੍ਰੋਗਰਾਮ ਦੇ ਵਿੱਚ ਅੱਜ ਦੇ ਰੰਗ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਮੇਰੇ ਜ਼ਿੰਦਗੀ ਦੇ 6 ਸਾਲਾਂ ਦੇ ਵਿੱਚੋਂ ਬਿਹਤਰੀਨ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਪ੍ਰੋਗਰਾਮ ਅੱਜ ਦਾ ਤੁਹਾਡੇ ਰੂਬਰੂ ਹੋਏਗਾ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਤਕਰੀਬਨ ਹਰ ਰੰਗ ਸਾਡੀ ਪੰਜਾਬੀ ਦਾ ਚਾਹੇ ਉਹ ਧਾਰਮਿਕ ਰੰਗ ਹੈ ਚਾਹੇ ਉਹ ਸੱਭਿਆਚਾਰਕ ਰੰਗ ਹੈ ਚਾਹੇ ਫੋਕ ਰੰਗ ਹੈ ਅਤੇ ਚਾਹੇ ਭੰਗੜੇ ਵਾਲਾ ਰੰਗ ਹੈ ਸਾਰੇ ਰੰਗ ਤੁਹਾਨੂੰ ਜਿਹੜੇ ਦੇਖਣ ਨੂੰ ਅਤੇ ਸੁਣਨ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿਲਣਗੇ ਅਤੇ ਸਾਡੇ ਸਟੂਡੀਓ ਦੇ ਵਿੱਚ ਜਿਹੜੇ ਮਹਿਮਾਨ ਆਏ ਨੇ ਉਹਨਾਂ ਨੇ ਪਹਿਲਾਂ ਬੜਾ ਕੁਛ ਕਿਹਾ ਚਿੱਠੀ ਵੀ ਲਿਖੀ ਲੰਦਨੋਂ ਉਤਾਰੇ ਨੇ ਅੱਜ ਦਿਨ ਖੁਸ਼ੀਆਂ ਦਾ ਇਸ ਤੋਂ ਇਲਾਵਾ ਬਹੁਤ ਸਾਰੇ ਗੀਤ ਉਹਨਾਂ ਦੇ ਹੋਰ ਵੀ ਆਏ ਨੇ ਅਤੇ ਹੁਣੇ ਹੁਣੇ ਉਹਨਾਂ ਨੇ ਕਿਹਾ ਹੈ ਉੱਡ ਨਨਕਾਣੇ ਚੱਲੀਏ ਇੰਗਲੈਂਡ ਤੋਂ ਕੈਲੀਫੋਰਨੀਆ ਆਏ ਸੀਗੇ ਅਸੀਂ ਇਹਨਾਂ ਨੂੰ ਲੱਭਿਆ ਅਤੇ ਰਿਕੁਐਸਟ ਕੀਤੀ ਕਿ ਕੁਝ ਪਲ ਜਿਹੜੇ ਆ ਸਾਡੇ ਪੰਜਾਬੀਆਂ ਨਾਲ ਜਿਹੜੇ ਸਾਡੇ ਇਸ ਪ੍ਰੋਗਰਾਮ ਦੇ ਦਰਸ਼ਕ ਨੇ ਉਹਨਾਂ ਦੇ ਨਾਲ ਵੀ ਬਿਤਾਓ ਸੋ ਸੁਖਸ਼ਿੰਦਰ ਸ਼ਿੰਦਾ ਸਾਹਿਬ ਅੱਜ ਮੇਰੇ ਸਟੂਡੀਓ ਦੇ ਵਿੱਚ ਮਹਿਮਾਨ ਨੇ ਸ਼ਿੰਦਰ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਮਹਾਰਾਜ ਲਵੇ ਜੱਗੀ ਦੇ ਮਹਾਰਾਜ ਤੁਹਾਨੂੰ ਵੇਖ ਕੇ ਮਨ ਬੜਾ ਖੁਸ਼ ਹੋਇਆ ਲਾਲ ਟਾਈ ਅਤੇ ਲਾਲ ਪੱਗ ਚਿੱਟੀ ਫਿੱਟੀ ਅੱਛਾ ਕਈ ਵਾਰੀ ਨਾ ਬੰਦਾ ਜਦੋਂ ਪਿੰਡਾਂ 'ਚ ਵੀ ਹੁੰਦੇ ਸੀਗੇ ਜਦੋਂ ਕੋਈ ਪ੍ਰਾਹੁਣਾ ਆਉਣਾ ਹੁੰਦਾ ਸੀਗਾ ਜੀ ਤੇ ਉਦੋਂ ਉਚੇਚਾ ਤਿਆਰ ਹੁੰਦੇ ਸੀਗੇ ਜੀ ਪਟੇ ਹੁੰਦੇ ਸੀ ਤੇ ਵਹੀ ਜਾਣੇ ਤੇਲ ਲਾ ਲਾ ਕੇ ਪ੍ਰਾਹੁਣੇ ਨੇ ਆਉਣਾ ਫਿਰ ਜਦੋਂ ਪ੍ਰਾਹੁਣੇ ਨੇ ਆਉਣਾ ਉਹ ਦਰਵਾਜ਼ੇ ਪਿੱਛੇ ਸੰਗ ਕੇ ਲੁਕ ਜਾਣਾ ਉਹ ਹੁੰਦਾ ਸੀ ਮਾਹੌਲ ਤੇ ਅੱਜ ਵੀ ਮੈਂ ਅੱਜ ਕਾਫੀ ਦਿਨਾਂ ਬਾਅਦ ਮਤਲਬ ਇਦਾਂ ਟਾਈਟ ਵੀ ਲਾਈ ਨੇ ਤੇ ਮੈਂ ਨੋਰਮਲ ਫੋਨ ਕਰਦਾ ਹਾਂ ਜੀ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਦੇਖ ਕੇ ਸਾਡੇ ਇੰਗਲੈਂਡ ਤੋਂ ਆਉਣੇ ਨੇ ਥੈਂਕ ਯੂ ਮਹਾਰਾਜ ਸਭ ਤੋਂ ਵੱਡੀ ਗੱਲ ਇਹ ਹੈ ਵੀ ਕਲਾਕਾਰ ਵੱਡੇ ਹੋਣਾ ਕੋਈ ਏਡੀ ਵੱਡੀ ਗੱਲ ਨਹੀਂ ਜਿੱਡੀ ਵੱਡੀ ਗੱਲ ਹੈ ਇੱਕ ਇਨਸਾਨ ਬਹੁਤ ਵੱਡੇ ਹੋਣਾ ਤੁਸੀਂ ਇਨਸਾਨ ਵੀ ਬਹੁਤ ਵੱਡੇ ਹੋ ਸੋ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਥੈਂਕ ਯੂ ਜੱਗੀ ਜੀ ਅਤੇ ਤੁਹਾਡੇ ਜਿਹੜੇ ਸਾਰੇ ਦੇਖਦੇ ਮੇਰੇ ਵੀਰ ਭੈਣ ਮੇਰੇ ਵੱਲੋਂ ਇਸ ਨਾਚੀਜ਼ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਪ੍ਰੋਗਰਾਮ ਸਾਰੀ ਦੁਨੀਆ 'ਚ ਵੇਖਦੇ ਇੰਡੀਆ 'ਚ ਵੀ ਜਿੱਥੇ ਵੀ ਜਾਈਦਾ ਤੁਹਾਡਾ ਜ਼ਿਕਰ ਹੁੰਦਾ ਅਤੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਭਾਜੀ ਬਾਕੀ ਹੈ ਅਸੀਂ ਵੀ ਜਦੋਂ ਇੰਗਲੈਂਡ ਜਾਂਦੇ ਹਾਂ ਤਾਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਸਾਰੇ ਅਸੀਂ ਬਾਕਾਇਦਾ ਤੌਰ 'ਤੇ ਬੜੀ ਖੁਸ਼ੀ ਹੋ ਮੈਂ ਆਪਾਂ ਵੀਡੀਓ ਤੋਂ ਲਾਈਵ ਕੀਤੀ ਸੀ ਪੁਲਿਸ ਵਾਲੀ ਤੋਂ ਜੀ 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 ਬਹੁਤ ਬਹੁਤ ਲੋਕਾਂ ਨੇ ਜ਼ਿਕਰ ਕੀਤਾ ਉਹਦਾ ਬਹੁਤ ਵਧੀਆ ਲੱਗਿਆ ਸੋ ਅੱਜ ਤੁਸੀਂ ਇੱਥੇ ਕੈਲੀਫੋਰਨੀਆ ਦੇ ਵਿੱਚ ਆਏ ਸੀ ਆਪਣੇ ਪਰਸਨਲ ਜੀ ਜੀ ਪਰ ਫਿਰ ਵੀ ਦੇਖੋ ਸਾਨੂੰ ਪਤਾ ਲੱਗ ਗਿਆ ਥੈਂਕ ਯੂ ਅਸੀਂ ਤੁਹਾਨੂੰ ਲੱਭ ਲਿਆ ਮੈਨੀ ਸੈਡਰਾ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਹਾਂ ਕੈਲੀਕੁਐਸਟ ਭਾਜੀ ਹਾਂ ਤੇ ਕੈਲੀਕੁਐਸਟ ਬਹੁਤ ਮਸ਼ਹੂਰ ਨੇ ਬਹੁਤ ਅੱਛਾ ਕਈ ਵਾਰੀ ਨਾ ਆਪਾਂ ਨੋਰਮਲ ਕਲਾਕਾਰ ਹੁੰਦੇ ਤੇ ਮਤਲਬ ਦੇਖਣ ਵਾਲੇ ਨੂੰ ਲੱਗਦਾ ਵੀ ਨਹੀਂ ਊਂ ਯਾਰ ਹੁਣ ਮੈਂ ਕੈਲੀਕੁਐਸਟ ਵਾਲੇ ਜੋ ਆਪਣੇ ਮੈਨੀ ਨਾਲ ਅਸੀਂ ਪਿੱਛੇ ਇਕੱਠੇ ਹੋਏ ਕਾਫੀ ਦੇਰ ਪਹਿਲਾਂ ਅਤੇ ਫੋਟੋ ਖਿੱਚ ਕੇ ਮੈਂ ਪਾਤੀ ਫੇਸਬੁੱਕ 'ਤੇ ਬੇਟਾ ਕਹਿੰਦਾ ਹੈ ਇਹ ਤਾਂ ਕੈਲੀਕੁਐਸਟ ਵਾਲੇ ਮੈਂ ਕਿਹਾ ਹਾਂ ਫਿਰ ਲੈ ਤੁਸੀਂ ਇਹਨਾਂ ਨੂੰ ਕਿੱਥੇ ਮਿਲਿਆ ਮੈਂ ਬਹੁਤ ਵਧੀਆ ਬਹੁਤ ਵਧੀਆ ਬੀਬੇ ਇਨਸਾਨ ਨੇ ਔਰ ਬਹੁਤ ਪਿਆਰ ਇਹਨਾਂ ਦਾ ਹੈਗਾ ਪਿਆਰ ਕਰਦੇ ਕਲਾ ਨੂੰ ਪਿਆਰ ਕਰਦੇ ਤੇ ਕਲਾਕਾਰਾਂ ਨੂੰ ਹਾਂਜੀ ਹਾਂਜੀ ਤੇ ਇਸ ਤੋਂ ਪਹਿਲਾਂ ਕਿ ਆਪਾਂ ਸ਼ਿੰਦਰ ਭਾਜੀ ਸ਼ੁਰੂਆਤ ਤੋਂ ਸ਼ੁਰੂ ਕਰੀਏ ਤੁਹਾਡਾ ਸਫ਼ਰ ਜਿਹੜਾ ਹੈਗਾ ਜ਼ਿੰਦਗੀ ਦਾ ਅਤੇ ਮੈਂ ਕਹਿੰਦਾ ਇੱਥੋਂ ਜਿਵੇਂ ਫਿਲਮਾਂ ਦੇ ਵਿੱਚ ਨਹੀਂ ਹੁੰਦਾ ਫਲੈਸ਼ ਬੈਕ ਜਾਂਦੇ ਜੀ ਜੀ ਤਾਂ ਫਲੈਸ਼ ਬੈਕ ਚੱਲਾਂਗੇ ਆਪਾਂ ਅਤੇ ਹੁਣ ਬੜਾ ਪਿਆਰਾ ਇੱਕ ਤੁਹਾਡਾ ਗੀਤ ਆਇਆ ਮੈਨੂੰ ਮੈਨੀ ਨੇ ਭੇਜਿਆ ਸੀਗਾ ਮੈਂ ਸੁਣਿਆ ਮੈਂ ਕਈ ਵਾਰੀ ਸੁਣਿਆ ਅਤੇ ਕਈ ਵਾਰੀ ਉਹ ਦੇਖਿਆ ਫਿਲਮਾਇਆ ਵੀ ਬਹੁਤ ਅੱਛਾ ਅਤੇ ਇੱਕ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੈਸੇ 550 ਪ੍ਰਕਾਸ਼ ਪੁਰਬ ਜਿਹੜਾ ਉਹਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਉਹ ਵੱਖਰੀ ਗੱਲ ਆ ਵੀ ਜਿਹੜੀ ਆਮ ਸ਼ਰਧਾ ਹੈਗੀ ਉਹ ਆਮ ਲੋਕਾਂ ਦੇ ਵਿੱਚ ਹੀ ਹੈ ਪੋਲੀਟੀਕਲੀ ਇਹਨੂੰ ਵੀ ਖਿੱਚ ਧੂਹ ਦੇ ਵਿੱਚ ਪਾਇਆ ਹੋਇਆ ਉਹਨਾਂ ਨੇ ਆਪਾਂ ਉਧਰਲੇ ਪਾਸੇ ਨਹੀਂ ਜਾਂਦੇ ਸਹੀ ਗੱਲ ਹੈ ਆਪਾਂ ਗੱਲ ਕਰਦੇ ਹਾਂ ਉੱਡ ਨਨਕਾਣੇ ਚੱਲੀ ਜੀ ਸ਼ੁਰੂ ਕਰਦੇ ਹਾਂ ਇਹ ਗੀਤ ਕਿੰਨੀ ਕੁ ਦੇਰ ਪਹਿਲਾਂ ਤਿਆਰ ਕੀਤਾ ਜਾਂ ਉਚੇਚੇ ਤੌਰ 'ਤੇ ਇਹਨਾਂ ਫੰਕਸ਼ਨਾਂ ਵਾਸਤੇ ਹੀ ਤਿਆਰ ਕੀਤਾ 550 ਪ੍ਰਕਾਸ਼ ਪੁਰਬ ਵਾਸਤੇ ਹਾਂਜੀ ਉਹ ਸਾਡੇ ਉਸਤਾਦ ਜੀ ਬਲਦੇਵ ਨਾਰੰਗ ਜੀ UK ਤੋਂ ਆਏ ਸੀਗੇ ਵੇ ਜਲੰਧਰ ਰਹਿੰਦੇ ਆ ਪ੍ਰੋਫੈਸਰ ਰਹੇ ਆ ਅਤੇ ਉਹਨਾਂ ਨੇ ਉਹ ਗਾਉਂਦੇ ਹੁੰਦੇ ਸੀਗੇ ਸਟੇਜ 'ਤੇ ਗੀਤ ਹੁਣੇ 6 ਮਹੀਨੇ ਹੋਇਆ ਅਤੇ ਮੈਨੂੰ ਕਹਿੰਦੇ ਵੀ ਪੁੱਤ ਰਿਕਾਰਡ ਕਰ ਲਾ ਗੀਤ ਜਿੱਥੇ ਵੀ ਉਹਨਾਂ ਨੇ ਗਾਇਆ ਅਤੇ ਲੋਕਾਂ ਨੇ ਬਹੁਤ
ਮਤਲਬ ਸਲਾਹ ਇਸ ਗੀਤ ਨੂੰ ਜੀ, ਅਤੇ ਮੈਂ ਇੰਡੀਆ 'ਤੇ ਜਾਣਾ ਸੀਗਾ ਅਤੇ ਇੱਕ ਗੀਤ ਮੈਂ ਹੋਰ ਤਿਆਰ ਕੀਤਾ ਹੈ ਗੁਰੂ ਨਾਨਕ ਮਹਿਮਾ, ਜਿਸਨੂੰ ਰਣਜੀਤ ਰਾਣਾ ਜੀ ਨੇ ਲਿਖਿਆ, ਉਹ 30 ਤਰੀਕ ਨੂੰ ਰਿਲੀਜ਼ ਕਰ ਰਹੇ ਹਾਂ। ਸੋ ਮੈਂ ਸੋਚਿਆ ਵੀ ਮਹਾਰਾਜ ਜੀ ਜਿੰਨੀ ਉਸ ਤੱਕ ਕਰ ਸਕਦੇ ਉਨੀ ਘੱਟ ਆ ਜੀ, ਥੋੜ੍ਹੀ ਆ ਜਿੰਨੀ ਸਤਿਗੁਰ ਦੀ ਸਿਫਤ ਕਰੀਏ ਜੀ। ਬਿਲਕੁਲ ਬਿਲਕੁਲ, ਮੈਂ ਕਿਹਾ ਇਹਦੇ 'ਚ ਕੀ ਹੈ, ਅਤੇ ਮੈਂ ਫਿਰ 2 ਗੀਤ ਤਿਆਰ ਕਰ ਲਏ। ਫਿਰ ਮੈਂ ਇੰਡੀਆ ਗਿਆ ਸੀਗਾ, ਸਤਲਨ ਵੀਰ ਨੇ ਵੀਡੀਓ ਇਹਦਾ ਫਿਲਮਾਇਆ, ਵੀਡੀਓ ਬਹੁਤ ਸੋਹਣਾ ਉਹਨਾਂ ਨੇ ਆਈਡੀਆ ਜਿਹੜਾ ਕੌਨਸੈਪਟ ਲੈ ਕੇ ਨਾ ਪਾਕਿਸਤਾਨ 'ਤੇ ਜੀ, ਜਿਨ੍ਹਾਂ ਨੇ ਦੇਖਿਆ ਜੇ ਨਹੀਂ ਵੇਖਿਆ ਤਾਂ ਤੁਸੀਂ ਵੇਖ ਲੈਣਾ ਹੁਣ ਜੀ। ਹੁਣ ਆਪਾਂ ਦਿਖਾ ਦੇਣਾ ਜੀ ਕੀ ਇਹ ਨੇਟ ਵਿਕਰਮ ਸਿੰਘ, ਪਹਿਲੇ ਇਹਦੀ ਥੋੜ੍ਹਾ ਜਿਹਾ ਹੋਰ ਬਰੀਫ ਕਰ ਦਿਓ, ਸਾਨੂੰ ਦੱਸ ਦਿਓ ਸਾਡੇ ਦਰਸ਼ਕਾਂ ਵੀ ਕਿਵੇਂ ਇਹਦਾ ਤੁਹਾਡੇ, ਤੁਸੀਂ ਇਹ ਦੱਸਤਾ ਵੀ ਉਹਨਾਂ ਨੇ ਕਿਹਾ ਸੀ ਗੀਤ ਰਿਕਾਰਡ ਕਰ ਲਿਆ, ਬਹੁਤ ਵਧੀਆ। ਹਾਂਜੀ, ਗਾਉਂਦੇ ਸੀ ਰੀਸੈਂਟਲੀ, ਹਜੇ ਇਹ ਆਇਆ ਮਾਰਕੀਟ ਦੇ ਬਿਲਕੁਲ ਹਜੇ, ਤੇ ਪਿਆਰ ਬਹੁਤ ਮਿਲ ਰਿਹਾ, ਮੈਂ ਦੇਖ ਰਿਹਾ ਸੀ ਉਹਦੇ ਉੱਪਰ ਯੂਟਿਊਬ ਦੇ ਉੱਪਰ ਜੀ ਜੀ। ਤੇ ਇਸ ਗੀਤ ਤੋਂ ਬਾਅਦ ਹੁਣ ਅਗਲਾ ਗੀਤ ਜਿਹੜਾ ਆ ਰਿਹਾ ਉਹ ਹਜੇ ਆਉਣਾ ਨੈਕਸਟ ਵੀਕ। ਇਹ ਮੈਂ ਦੱਸਣਾ ਚਾਹੂੰਗਾ ਹੋਰ ਇੱਕ, ਇਹ ਲਿਖਿਆ ਸਵਰਗੀ ਆ ਵਿਕਰਮ ਸਿੰਘ ਕੋਮਲ, ਉਹਨਾਂ ਨੇ ਗੁਰੂ ਜੀ ਨੇ ਕਿਤਾਬ ਦੇ ਵਿੱਚੋਂ ਸੀਗਾ, ਉਹਦੇ ਵਿੱਚ ਜਸਦੀਪ ਸਾਗਰ ਨੇ ਬਹੁਤ ਐਡਜਸਟਮੈਂਟ ਕੀਤੇ ਕਿਉਂਕਿ ਪੁਰਾਣਾ ਲਿਖਿਆ ਸੀਗਾ, ਅਤੇ ਉਹ ਬਹੁਤ ਖੂਬਸੂਰਤ ਉਹਨਾਂ ਦੇ ਵਿਅੰਤਰੇ ਲਿਖੇ ਇਹਦੇ ਵਿੱਚ, ਅਤੇ ਸਰੋਤੇ ਪਸੰਦ ਕਰ ਰਹੇ ਆ। ਬਸ ਇਹ ਜੱਗੀ ਜੀ ਇੱਦਾਂ ਹੁੰਦਾ ਵੀ ਜਿਹੜੇ ਧਾਰਮਿਕ ਗੀਤ ਨਾ, ਇਹ ਕੋਈ ਕੰਪਨੀ ਨੂੰ ਇੰਟਰਸਟ ਨਹੀਂ ਹੁੰਦਾ, ਇਹ ਸਿਰਫ ਮਨ ਦੀ ਸ਼ਰਧਾ ਆ ਵੀ ਕੋਈ ਅੱਛੀ ਚੀਜ਼ ਕੋਈ ਯੰਗਸਟਰ ਸੁਣ ਲੈਣ, ਕੋਈ ਮੈਸੇਜ ਮਿਲ ਜਾਵੇ। ਬਾਕੀ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਜੀ, ਸਾਡੇ ਦਰਸ਼ਕ ਉਡੀਕਦੇ ਹੋਣੇ ਆ, ਜ਼ਰੂਰ ਜਾਣਨਾ ਚਾਹੁੰਦੇ ਹੁੰਦੇ ਹੋਰ ਵੀ ਬਹੁਤ ਕੁਛ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਸੁਖਜਿੰਦਰ ਛਿੰਦਾ ਸਾਹਿਬ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਕਰਦੇ ਹਾਂ, ਥੈਂਕਸ ਕਰਦੇ ਹਾਂ, ਉੱਥੇ ਹੀ ਗੱਲਾਂ ਬਾਤਾਂ ਵੀ ਕਰਾਂਗੇ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਫਿਰ ਇੱਕ ਵਾਰ ਤੁਹਾਡੇ ਰੂਬਰੂ, ਸਾਡੇ ਨਾਲ ਮਹਿਮਾਨ ਜੁੜੇ ਨੇ ਸੁਖਜਿੰਦਰ ਛਿੰਦਾ ਜੀ, ਜੋ ਕਿ ਬਹੁਤ ਮਸ਼ਹੂਰ ਗਾਇਕ ਵੀ ਨੇ, ਨਾਲ ਦੀ ਨਾਲ ਮਿਊਜ਼ਿਕ ਸੰਗੀਤਕਾਰ ਵੀ ਨੇ, ਨਾਲ ਦੀ ਨਾਲ ਮੇਰੇ ਖਿਆਲ ਭਾਅ ਜੀ ਰਾਈਟਰ ਵੀ ਹੋ, ਅਤੇ ਸਾਰਾ ਕੁਛ ਜਿਵੇਂ ਕਹਿ ਲਈਏ ਨਾ ਜੀ, ਉਹ ਚਾਈਨਾ ਵਾਲੇ 5 ਸਿਮਾਂ ਵਾਲਾ ਮੋਬਾਈਲ ਕੱਢਦੇ, ਅਤੇ ਤੁਹਾਡੇ ਵਿੱਚ ਵੀ ਬਹੁਤ ਸਾਰੇ ਗੁਣ ਪਰਮਾਤਮਾ ਨੇ ਭਰ ਰੱਖੇ, ਤੁਹਾਡਾ ਪਿਆਰ ਹੈ ਜੀ। ਪਰ ਅਸੀਂ ਅਗਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਮਤਲਬ ਕਿਹੜਾ ਗੁਣ ਸੁਖਜਿੰਦਰ ਛਿੰਦਾ 'ਚ ਆਇਆ, ਪਤਾ ਲੱਗਿਆ ਵੀ ਇਹ ਗੁਣ ਹੈਗਾ ਗਾਇਕੀ ਦਾ, ਮਿਊਜ਼ਿਕ ਦਾ, ਜਾਂ ਫਿਰ ਉਹ ਅਸੀਂ ਆਪਣੇ ਭਾਈ ਸਾਹਿਬ ਤੋਂ ਤਬਲਾ ਦੀ ਸ਼ੁਰੂਆਤ ਕੀਤੀ ਸੀ ਤਬਲੇ ਤੋਂ। ਹਾਂ, ਆਹ ਗੱਲ ਮੈਂ ਭੁੱਲ ਗਿਆ, ਅਤੇ ਇੱਕ ਹੋਰ ਸਮੈਡ ਹੋ ਗਿਆ ਕਿ ਤੁਸੀਂ ਹਰ ਸਾਜ਼ ਭਲੀ ਭਾਂਤ ਵਜਾ ਵੀ ਲੈਂਦੇ, ਮੈਂ ਤੁਹਾਡੀ ਕੱਲ੍ਹ ਦੀ ਦੇਖ ਰਿਹਾ ਸੀ ਤੁਸੀਂ ਸਟੂਡੀਓ ਦੇ ਵਿੱਚ ਢੋਲ, ਲਾਲ ਸਿੰਘ ਭੱਟੀ ਜੀ। ਹਾਂ, ਅੱਛਾ, ਲਾਲ ਸਿੰਘ ਭੱਟੀ ਜੀ ਉਹ, ਹਾਂਜੀ, ਗੋਲਡ ਮੈਡਲਿਸਟ ਇੱਥੇ ਦੇ ਰਹਿਣ ਵਾਲੇ ਮਹਾਰਾਜ, ਸਾਡਾ ਮੈਂ ਉਹਨਾਂ ਨੂੰ ਵੀ ਕਿਸੇ ਦਿਨ ਜ਼ਰੂਰ ਕਰੂੰਗਾ ਜੀ। ਹਾਂ, ਜ਼ਰੂਰ, ਅਤੇ ਉਹਨਾਂ ਦੀ ਬੇਨਤੀ ਕੀਤੀ ਸੀ, ਉਹ ਕਹਿੰਦੇ ਵੀ ਹੁਣ ਰਹਿਣ ਦੇ, ਮੈਂ ਕਿਹਾ ਨਹੀਂ ਗੁਰੂ ਜੀ ਹੁਣ ਆਓ, ਬਹੁਤ ਐਸੇ ਉਹਦੇ ਹਜੇ ਕਲਿੱਪ ਲਾਇਆ ਸੀ ਤੇ ਬਹੁਤ ਦੁਨੀਆਂ ਦੇ ਵਿੱਚ ਐਸਾ ਫੈਲ ਗਿਆ ਉਹ, ਕਿਉਂਕਿ ਕਈਆਂ ਨੇ ਦੇਖਿਆ ਨੀ, ਨਾ ਸੁਣਿਆ ਲਾਲ ਸਿੰਘ ਭੱਟੀ, ਉਹਨਾਂ ਨੇ ਦੇਖਿਆ ਨੀ। ਮੈਂ ਵੀ ਨਾ ਹੀ ਸੁਣਿਆ ਸੀ, ਮੈਂ ਤੁਹਾਨੂੰ ਪੁੱਛਣਾ ਸੀ, ਮੈਂ ਦੋ ਬੰਦੇ ਦਾ ਨਾਮ ਖਾਸ ਤੌਰ ਤੇ ਪੁੱਛਣਾ ਸੀ, ਇੱਕ ਮੋਹਨ ਸਿੰਘ ਨਿਮਾਣਾ ਸਾਹਿਬ ਤੇ ਇੱਕ ਲਾਲ ਸਿੰਘ ਭੱਟੀ ਦਾ ਜ਼ਿਕਰ ਮੈਂ ਜ਼ਰੂਰ ਮੇਰੇ ਦਿਮਾਗ ਦੇ ਵਿੱਚ ਵੀ ਕਰਨਾ। ਅੱਛਾ, ਤੁਸੀਂ ਜਿਹੜੀ ਗੱਲ ਆਪਾਂ ਕਰਦੇ ਸੀਗੇ ਵੀ ਸਾਜ਼ ਪਹਿਲਾਂ ਵਜਾਉਣੇ ਸ਼ੁਰੂ ਕੀਤੇ ਜੀ ਜੀ, ਤੇ ਮੈਂ ਮਾਫ਼ ਕਰਨਾ, ਉੱਥੇ ਫਿਰ ਲਿਆ ਰਿਹਾ ਮੈਂ ਲਾਲ ਸਿੰਘ ਭੱਟੀ ਜੀ, ਤੇ ਜ਼ਿੰਦਗੀ 'ਚ ਪਹਿਲੀ ਵਾਰੀ ਅਸੀਂ ਇਕੱਠੇ ਇੱਦਾਂ ਲੋਕਾਂ ਨੇ ਵੇਖਿਆ ਵਿਆਹ ਦੇ ਜੀ, ਕਿਉਂਕਿ ਢੋਲ ਦੇ ਮਾਸਟਰ ਆ, ਗੋਲਡ ਮੈਡਲਿਸਟ ਵੀ ਹੈ, ਅਤੇ ਇਨਸਾਨ ਵੀ ਬਹੁਤ ਹੀ ਨੇਕ ਇਨਸਾਨ ਨੇ। ਗੁਰੂ ਜੀ ਇਕੱਲੇ ਢੋਲ ਨਹੀਂ, ਜ਼ਿੰਦਗੀ ਬਾਰੇ ਬਹੁਤ ਕੁਛ ਉਹਨਾਂ ਤੋਂ ਸਿੱਖਿਆ, ਅਤੇ ਕੀਰਤਨ ਵੀ ਕਰਦੇ ਆ, ਭਜਨ ਵੀ ਗਾਉਂਦੇ ਆ, ਸਭ ਕੁਛ ਆਲ ਇਨ ਵਨ। ਅਤੇ ਉਸ ਤੋਂ ਇਲਾਵਾ ਫਿਰ ਸਾਡਾ ਵੱਡਾ ਭਾਈ ਸਾਹਿਬ ਜੋ ਸਵਰਗੀਆ ਮੋਹਨ ਸਿੰਘ ਜੀ ਨਾਲ ਜ਼ਿਕਰ ਕੀਤਾ ਤੁਸੀਂ, ਉਹ ਤੁਹਾਡੇ ਰੀਅਲ ਬ੍ਰਦਰ, ਹਾਂਜੀ ਬਿਲਕੁਲ, ਅਤੇ ਉਹਨਾਂ ਦੀ ਬਦੌਲਤ ਮੈਂ ਖੇਤਰ 'ਚ ਆਇਆ। ਅਸੀਂ ਨਿੱਕੇ ਜਿਹੇ ਸੀਗੇ, ਸਾਨੂੰ ਨਾਲ ਲੈ ਜਾਂਦੇ ਸੀ ਸਟੇਜਾਂ 'ਚ, ਉਸ ਮੈਨੂੰ ਯਾਦ ਆ ਵੀ ਗੱਡੀ ਦੇ ਪਿੱਛੇ 2 ਸਪੀਕਰ ਹੁੰਦੇ ਸੀਗੇ, ਅਤੇ ਇੱਕ ਬੱਗਾ ਭਾਅ ਜੀ ਅਤੇ ਸੋਢੀ ਭਾਅ ਜੀ ਅਕੋਡੀਅਨ ਅਤੇ ਢੋਲਕ, ਅਤੇ ਭਾਅ ਜੀ ਅਤੇ ਨਾਲ ਰਤਨ ਜੀ, ਅਤੇ ਮੈਨੂੰ ਪਿੱਛੇ ਬਿਠਾਲਾ ਨਾ, ਮੈਨੂੰ ਉਹ ਮਕਸਦ ਕੀ ਸੀਗਾ ਵੀ ਉਹਨੂੰ ਸ਼ੌਂਕ ਪੈ ਜਾਵੇ ਜੀ ਜੀ ਜੀ। ਅਤੇ ਮੋਹਨ ਸਿੰਘ ਜੀ ਕੀ ਪਲੇ ਕਰਦੇ ਸੀਗੇ? ਉਹ ਬਹੁਤ ਹੀ ਅੱਛੇ ਗਾਉਂਦੇ ਸੀਗੇ ਮਹਾਰਾਜ ਜੀ, ਗਾਉਂਦੇ ਸੀਗੇ, ਗਾਉਂਦੇ ਵੀ ਵਧੀਆ ਸੀਗੇ, ਬਹੁਤ ਤਕੜੇ ਜੀ, ਕੀਰਤਨ ਵੀ ਕਰਦੇ ਸੀਗੇ, ਕਲਾਸੀਕਲ ਵੀ ਜਾਣਦੇ ਸੀਗੇ ਜੀ, ਇਹ ਨਹੀਂ ਵੀ ਇੱਕ ਹੀ ਚੀਜ਼ ਗਾਈ ਜਾਣਾ, ਵਰਸਟਾਈਲ ਸਿੱਖੇ ਸੀਗੇ। ਅਤੇ ਅੱਛਾ, ਉਹਨਾਂ ਦੀ ਅਗਰ ਆਪਾਂ ਮੋਹਨ ਸਿੰਘ ਜੀ ਦੀ ਗੱਲ ਕਰੀਏ, ਤੁਸੀਂ ਉਹਨਾਂ ਦੇ ਨਾਲ ਕਾਫੀ ਫਿਰ ਸੰਗਤ ਕੀਤੀ, ਅਤੇ ਮੋਹਨ ਸਿੰਘ ਜੀ ਤੋਂ ਪਹਿਲਾਂ ਵੀ ਤੁਹਾਡੇ ਪਰਿਵਾਰ 'ਚ ਕੋਈ ਹੈਗੇ? ਮੇਰੇ ਫਾਦਰ ਸਾਹਿਬ, ਫਾਦਰ ਸਾਹਿਬ ਹਾਂਜੀ, ਉਹ ਕਵੀਸ਼ਰੀ, ਵਾਹ, ਅਤੇ ਉਹ ਮੰਨਦੇ ਸੀਗੇ ਉਸਤਾਦ ਉਹਨਾਂ ਦਾ ਅਮਰ ਸਿੰਘ ਸ਼ੌਂਕੀ ਮਹਾਨ ਢਾਡੀ, ਅਤੇ ਉਹਨਾਂ ਦੀ ਵੀ ਚੀਜ਼ਾਂ ਮੈਂ ਗਾਈਆਂ, ਪਿਤਾ ਜੀ ਗਾਉਂਦੇ ਹੁੰਦੇ ਸੀਗੇ, ਜਾਂ ਦਇਆ ਸਿੰਘ ਦਿਲਬਰ ਦੀਆਂ ਲਿਖੀਆਂ ਹੋਈਆਂ ਚੀਜ਼ਾਂ। ਸੋ ਇਸ ਕਰਕੇ ਉਸ ਤੋਂ ਬਾਅਦ ਫਿਰ ਮੇਰਾ ਉਸਤਾਦ ਕੁਲਦੀਪ ਸਿੰਘ ਮਥਾਰੂ ਜੀ ਤਬਲੇ ਦਾ, ਉਸ ਤੋਂ ਬਾਅਦ ਉਹ ਫਿਰ ਮੈਨੂੰ ਲੈ ਗਏ ਉਹਨਾਂ ਦੇ ਵੱਡਾ ਵੀਰ ਜੋ ਸਾਡੇ ਗੁਰੂ ਜੀ ਅਜੀਤ ਸਿੰਘ ਮਤਲਾਸ਼ੀ ਜੀ, ਉਹਨਾਂ ਦੀ ਬਖਸ਼ਿਸ਼ ਹੈ, ਨਿੱਕੀ ਮੋਟੀ ਜੀ ਉਹ ਵੀ ਹਾਂ ਦਾ ਜੀ, ਹਜੇ ਤੱਕ ਚੱਲ ਰਿਹਾ ਸਫ਼ਰ, ਮੰਜ਼ਿਲ ਬਹੁਤ ਦੂਰ ਹੈ। ਮੈਂ ਕਹਿੰਦਾ ਜੀ ਕਮਾਲ ਹੋ ਗਈ, ਬਹੁਤ ਕਮਾਲ ਹੋ ਗਈ। ਫਿਰ ਸੈਕਿੰਡ ਆ ਗਿਆ ਜੀ ਤੁਹਾਡੇ ਕੋਲ। ਹਾਂ, ਮੈਂ ਜੱਗੀ ਜੀ ਇੱਕ ਗੱਲ ਹੋਰ ਵੀ, ਜੋ ਇਹ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਮੈਂ ਤਾਂ ਕੁਛ ਵੀ ਨਹੀਂ, ਲੇਕਿਨ ਐਜ਼ ਅ ਮਿਊਜ਼ੀਸ਼ੀਅਨ ਸਟਾਰਟਿੰਗ ਕੀਤੀ ਹੈ, ਫਿਰ ਰਿਕਾਰਡਿੰਗਸ ਵੀ ਆਉਣ ਲੱਗ ਪਏ, ਬਹੁਤ
ਦੁਨੀਆ ਦੇ ਵਿੱਚ ਹੀਰਾ ਗਰੁੱਪ ਨਾਲ ਵੀ ਮੈਂ ਸਾਜ ਵਜਾਇਆ ਹੈ। ਅੱਛਾ ਏਐਸ ਜੀ, ਕੰਗ ਜੀ ਲਿਵਿੰਗ ਲੈਜੈਂਡ, ਬਲਵਿੰਦਰ ਸਫਰੀ ਜੀ, ਅੱਛਾ ਸ਼ਿਨ ਡੀਸੀਐਸ ਯੂਕੇ ਦੇ ਜਿਹੜੇ ਧਨਾਂਤਰ ਬੰਦੇ ਹਜੇ ਵੀ ਹਾਂਜੀ ਹੈ ਹਾਂਜੀ ਲਿਵਿੰਗ ਲੈਜੈਂਡ ਹਾਂਜੀ। ਜਿਹੜੇ, ਉਸ ਤੋਂ ਬਾਅਦ ਫਿਰ ਮੈਂ ਆਪਣਾ ਗਰੁੱਪ ਲੈ ਕੇ ਵੀ ਉਹੀ ਕੰਟਰੀਆਂ 'ਚ ਗਿਆ। ਸਤਿਗੁਰੂ ਨੇ ਬਹੁਤ ਬਖਸ਼ਿਸ਼ ਕੀਤੀ ਹੈ ਜੀ। ਸੰਗੀਤਕਾਰ ਦੀ ਗੱਲ ਕਰੀਏ, ਸੰਗੀਤ ਦੇ ਤੌਰ ਤੇ ਤੁਸੀਂ JGB ਨੇ ਜ਼ਿਆਦਾਤਰ, ਹਾਂਜੀ ਜਾਂ ਮੇਰੇ ਕੋਲ ਟੋਟਲ ਕੰਮ ਹੀ ਤੁਹਾਡੇ ਨਾਲ ਕੀਤਾ ਉਹਨਾਂ ਨੇ। ਮੈਂ 14 CD ਬਣਾਈਆਂ ਨੇ, 14 CDs ਜੀ ਉਹਨਾਂ ਵਾਸਤੇ ਜੀ। ਅੱਛਾ, ਤੇ ਇਹ ਉਸ ਹੋ ਤੋਂ ਗਿਆ ਬਾਅਦ ਹੋਰ ਵੀ ਅਮਰਿੰਦਰ ਗਿੱਲ, ਹਰਭਜਨ ਮਾਨ ਜੀ, ਅੱਛਾ ਏਐਸ ਕੰਗ ਜੀ ਨੇ ਬਹੁਤ ਕੰਮ ਕੀਤਾ ਲਿਵਿੰਗ ਜੀ। ਲੈਜੈਂਡ। ਅੱਛਾ, ਸਾਜ਼ ਵਜਾਉਣ ਤੋਂ ਬਾਅਦ ਫਿਰ ਤੁਸੀਂ ਸੰਗੀਤਕਾਰ ਦੇ ਤੌਰ ਤੇ ਜੀ ਜੀ ਹੋ ਗਏ, ਤੇ ਇਹ ਕਦੋਂ ਪਤਾ ਲੱਗਿਆ ਵੀ ਤੁਹਾਨੂੰ ਗਾਉਣ ਦੀ ਵੀ ਸ਼ਿਕਾਇਤ ਹੈਗੀ ਵੀ ਗਾਉਣਾ ਚਾਹੀਦਾ? ਕਿਉਂਕਿ ਅਸੀਂ ਜਦੋਂ ਤਬਲਾ ਵਜਾਉਂਦੇ ਸੀਗੇ ਨਾ, ਹਾਂਜੀ, ਤੇ ਸਾਡੇ ਭਾਈ ਸਾਹਿਬ ਕਹਿੰਦੇ ਵੀ ਇਕੱਲਾ ਤਬਲਾ ਨਹੀਂ ਪਿਆਣਾ, ਆਵਾਜ਼ ਵੀ ਲਾਉਣ ਨਾਲ। ਆਹਾਹਾ, ਕਿਉਂਕਿ ਉਹ ਕਹਿੰਦੇ ਹੁੰਦੇ ਸੀਗੇ ਵੀ ਜਿਹੜਾ ਸਿੰਗਰ ਆ ਉਹਨੂੰ ਤਬਲੇ ਦਾ ਗਿਆਨ ਹੋਣਾ ਚਾਹੀਦਾ, ਜੀ, ਤੇ ਜਿਹੜਾ ਤਬਲੇ ਵਾਲਾ ਉਹਨੂੰ ਗਾਇਕੀ ਦਾ ਗਿਆਨ ਹੋਣਾ ਚਾਹੀਦਾ, ਫਿਰ ਗੱਲ ਬਣਦੀ ਹੈ। ਵਾਹ ਜੀ, ਬਹੁਤ ਵਧੀਆ ਵਿਚਾਰ। ਸੋ ਸਾਡੇ ਉਸਤਾਦ ਜੀ ਵੀ ਕੀਰਤਨ ਕਰਦੇ, ਫਿਰ ਉਹ ਰਾਗਾਂ ਦੀ ਤਲੀਮ ਲੈ ਰਹੇ ਹਾਂ ਕਿ ਕਿਸ ਤਰ੍ਹਾਂ ਜਾਂਦਾ ਹੋਏ, ਕਿਉਂਕਿ ਬਿਨਾਂ ਸਿੱਖੇ ਤੋਂ ਨਹੀਂ ਪਤਾ ਲੱਗਦਾ ਇਸ ਚੀਜ਼ ਦਾ ਨਾ। ਵਾਹ ਜੀ ਵਾਹ, ਇਹ ਤਾਂ ਬਹੁਤ ਕਮਾਲ ਦੀ ਹੈ। ਸਾਡੇ ਉਸਤਾਦ ਜੀ ਜਿਹੜੇ ਬਲਦੇਵ ਨਰੰਗ ਜੀ, ਉਹ ਬਹੁਤ ਮਹਾਨ ਕਲਾਸੀਕਲ ਵੋਕਲਿਸਟ ਆ ਜੀ। ਕਿਸੇ ਨੇ ਤੁਸੀਂ ਯੂਟਿਊਬ 'ਚ ਵੀ ਦੇਖ, ਪ੍ਰੋਫੈਸਰ ਬਲਦੇਵ ਨਰੰਗ ਜੀ, ਜੀ ਤੇ ਸੁਣਿਓ ਫਿਰ ਗਾਣਾ ਮਹਾਰਾਜ। ਕਿਆ ਬਾਤ ਹੈ, ਬਹੁਤ ਵਧੀਆ। ਤੇ ਫਿਰ ਪਹਿਲਾ ਜਿਹੜਾ ਪਹਿਲਾ ਐਲਬਮ ਆਈ ਸੀ ਪਹਿਲੀ ਤੁਹਾਡੀ ਕੋਈ? ਪਹਿਲਾ ਇੱਕ ਸਿੰਗਲ ਮੈਂ ਸੋਚ, ਮੈਂ ਇਹ ਸੋਚਦਾ ਵੀ ਐਲਬਮ ਤੋਂ ਪਹਿਲਾਂ ਅਸੀਂ ਥੋੜ੍ਹਾ ਜਿਹੜਾ ਤੁਹਾਡਾ ਰੰਗ ਹੈਗਾ ਅਸਲ, ਜਿਹੜਾ ਤੁਸੀਂ ਸ਼ੁਰੂਆਤ ਕੀਤਾ ਫਾਦਰ ਸਾਹਿਬ ਵਾਲਾ ਤੁਹਾਡੇ ਰੰਗ, ਜੀ ਜੀ, ਕੁਛਰੀ ਵਾਲਾ, ਉਹ ਇਸ ਨਾਲ ਉਹਦੀਆਂ ਕੋਈ ਦੋ ਲਾਈਨਾਂ ਸਾਡੇ ਦਰਸ਼ਕਾਂ ਨੂੰ ਸੁਣਾਓ ਜ਼ਰੂਰ ਪਹਿਲਾਂ। ਅਤੇ ਇੱਕ ਧਾਰਮਿਕ ਗੀਤ ਸਾਡਾ ਭਾਈ ਸਾਹਿਬ ਵੀ ਗਾਉਂਦਾ ਹੁੰਦਾ ਸੀਗਾ, ਉਹ ਵੀ ਮੈਂ ਚਾਹੂੰਗਾ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਪੁਰਬ ਗਾ ਰਿਹਾ ਜੀ, ਅਤੇ 550 ਸਾਲ ਆ, ਕਿੰਨਾ ਵੱਡੀ ਗੱਲ ਹੈ ਮਹਾਰਾਜ ਗਾਂ। ਉਸ ਤੋਂ ਬਾਅਦ ਆਣਾ, ਚਲੋ ਕਈ ਆਣੇ, ਲੇਕਿਨ 600 ਸਾਲ ਉੱਥੇ ਪਤਾ ਨਹੀਂ ਸਤਿਗੁਰੂ ਦੇ ਵੀ ਕਿਨ ਹੋਣਾ ਇੱਥੇ ਜਾਂ ਕੀ, ਲੇਕਿਨ ਅਸੀਂ ਸਕੀਏ ਹੁਣ 12 ਤਰੀਕ ਨੂੰ ਜਾ ਰਹੇ ਹਾਂ ਸੁਲਤਾਨਪੁਰ ਲੋਧੀ। ਵਾਹ ਜੀ ਵਾਹ, ਅੱਛਾ, ਗੁਰੂ ਮਹਾਰਾਜ ਦੇ ਚਰਨਾਂ 'ਚ ਫਿਰ ਹਾਜ਼ਰੀ ਲਾਉਣ ਦਾ ਯਤਨ ਕਰਾਂਗੇ। ਬਾਕੀ ਜੋ ਸਤਿਗੁਰ ਦਾ ਹੁਕਮ ਹੈ ਉਹ ਮੈਂ 2 ਬੋਲ ਸੁਣਾਵਾਂਗਾ, ਫਿਰ ਉਸ ਤੋਂ ਬਾਅਦ ਕਵੀ ਸ੍ਰੀ ਵੀ ਪਲੀਜ਼। ਇੱਕ ਦਰ ਹੈ ਬਾਬੇ ਨਾਨਕ ਦਾ ਜਿੱਥੇ ਹਰ ਬੰਦਾ ਆ ਸਕਦਾ, ਇੱਕ ਦਰ ਹੈ ਬਾਬੇ ਨਾਨਕ ਦਾ ਜਿੱਥੇ ਹਰ ਬੰਦਾ ਜਾ ਸਕਦਾ, ਆ ਸਕਦਾ ਗਾ ਸਕਦਾ ਮੂੰਹੋਂ ਮੰਗੀਆਂ ਮੁਰਾਦਾਂ ਪਾ ਸਕਦਾ, ਦਰ ਹੈ ਬਾਬੇ ਨਾਨਕ ਦਾ ਜਿੱਥੇ ਹਰ ਬੰਦਾ ਆ ਸਕਦਾ, ਇੱਥੇ ਜਾਤ ਕੋਈ ਨਾ ਪਾਤ ਕੋਈ, ਇੱਥੇ ਜਾਤ ਕੋਈ ਨਾ ਪਾਤ ਕੋਈ, ਨਾ ਦਿਨ ਕੋਈ ਨਾ ਰਾਤ ਕੋਈ, ਜਿੱਥੇ ਹਰ ਦੀਆਂ ਮੰਗੀਆਂ ਪੁੱਗਦੀਆਂ ਨੇ, ਨਾ ਪੁੱਗਣੇ ਵਾਲੀ ਬਾਤ ਕੋਈ, ਆ ਸਕਦਾ ਗਾ ਸਕਦਾ ਮੂੰਹੋਂ ਮੰਗੀਆਂ ਮੁਰਾਦਾ ਪਾ ਸਕਦਾ, ਦਰ ਹੈ ਬਾਬੇ ਨਾਨਕ ਦਾ ਜਿੱਥੇ ਹਰ ਬੰਦਾ ਆ ਸਕਦਾ। ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਔਰ ਇਹ ਬਖਸ਼ਿਸ਼ ਬਹੁਤ ਵਧੀਆ ਪਰਮਾਤਮਾ ਤੁਹਾਨੂੰ ਹੈਗੀ ਹੈ, ਜਦਕਿ ਪਹਿਲਾਂ ਲੋਕਾਂ ਦੇ ਦਿਮਾਗ ਵਿੱਚ ਇਹ ਸੀਗਾ ਵੀ ਸ਼ਾਇਦ ਸੰਗੀਤਕਾਰ ਤੋਂ ਬਾਅਦ, ਜਿਵੇਂ ਸਾਡੇ ਬਹੁਤ ਸਾਰੇ ਗੀਤਕਾਰ ਗੀਤਕਾਰੀ ਤੋਂ ਬਾਅਦ ਗਾਇਕ ਬਣੇ, ਤੇ ਸੰਗੀਤਕਾਰੀ ਤੋਂ ਬਾਅਦ ਤੁਸੀਂ ਗਾਇਕੀ ਵਾਲੇ ਪਾਸੇ ਆਏ, ਪਰ ਪਿਛੋਕੜ ਤੁਹਾਡਾ ਹਾਂਜੀ ਗਾਇਕੀ ਦਾ, ਗਾਇਕੀ ਦੇ ਨਾਲ ਵੀ ਸੰਬੰਧਕ ਸੀਗਾ, ਕਿਉਂਕਿ ਜੱਗੀ ਜੀ ਗੱਲ ਹੁੰਦੀ ਆ ਵੀ ਕਿਸੇ ਵਾਸਤੇ ਜਿਹੜੀਆਂ ਕੰਪੋਜ਼ਿੰਗ ਮੈਂ ਕੀਤੀਆਂ ਹੋਰ ਮੈਂ ਸਿੰਗਰਾਂ ਦਾ ਗਾ ਕੇ ਹੁੰਦੀਆਂ ਨਾ, ਉੱਦਾਂ ਥੋੜ੍ਹਾ ਹੋ ਸਕਦੀਆਂ। ਜੀ ਜੀ ਬਿਲਕੁਲ ਬਿਲਕੁਲ, ਵਗੈਰਾ ਮੈਂ ਗਾ ਕੇ ਉੱਥੇ ਰਿਕਾਰਡਿੰਗਸ ਗਾਈਡ ਵੀ, ਜਿੱਦਾਂ ਗਾਈਡ ਵੋਕਲ ਨਹੀਂ ਕਹਿ ਦਿੰਦੇ ਵੀ ਢਾਂਚਾ ਉਹਨਾਂ ਨੂੰ, ਅਤੇ ਇੱਦਾਂ ਗਾਉਂਦੇ ਨੇ ਸਟੇਜਾਂ 'ਤੇ ਮਹਿਫਲਾਂ 'ਚ ਵੀ ਗਾਉਂਦੇ ਨੇ ਜੀ। ਜਿੱਦਾਂ ਤੁਸੀਂ ਹਰ ਰੰਗ ਆਇਆ ਜੀ ਜੀ, ਪਹਿਲਾਂ ਅਸੀਂ ਕਵਿਸ਼ਰੀ ਦੀ ਗੱਲ ਕਰੀਏ ਤਾਂ ਫੋਕ ਰੰਗ ਆ ਗਿਆ, ਫੋਕ ਰੰਗ ਤੋਂ ਬਾਅਦ ਤੁਸੀਂ ਆ ਜਿਹੜੇ ਬੀਟ ਵਾਲੇ ਗੀਤ ਤੁਹਾਡੇ ਬਹੁਤ ਜ਼ਿਆਦਾ ਮਸ਼ਹੂਰ ਹੋਏ ਨੇ, ਅਤੇ ਫਿਰ ਅਸੀਂ ਥੋੜ੍ਹਾ ਗਜ਼ਲ ਰੰਗ ਜੇ ਦੇਖੀਏ, ਗਜ਼ਲ ਰੰਗ ਵੀ ਤੁਸੀਂ ਗਾਇਆ ਗੁਮਸੁਮ। ਹਾਂਜੀ ਹਾਂਜੀ, ਉਹ ਰਾਜਪਤ ਅਲੀ ਜੀ ਨਾਲ, ਹਾਂਜੀ ਹਾਂਜੀ, ਉਹਨਾਂ ਨਾਲ ਬਹੁਤ ਪਿਆਰਾ ਉਹ ਵੀ ਸੀਗਾ, ਉਹਨਾਂ ਹੋਰ ਵੀ ਆ ਰਿਹਾ ਨਵਾਂ ਉਹਨਾਂ ਦੇ ਨਾਲ। ਅੱਛਾ ਜੀ, ਹਾਂ, ਅਤੇ ਇਹ ਫਿਰ ਜ਼ਿਆਦਾ ਰੰਗ ਕਿਹੜਾ ਹਾਵੀ ਤੁਹਾਡੇ 'ਤੇ, ਜਾਣੀ ਕਿ ਇਹ ਕਲਾਸੀਕਲ ਰੰਗ ਹੋ ਗਿਆ, ਇੱਕ ਫੋਕ ਰੰਗ ਹੋ ਗਿਆ? ਇਹ ਦੇਖੋ ਕਲਾਸੀਕਲ ਦੇ ਵਿੱਚੋਂ ਹੀ ਫੋਕ ਨਿਕਲਦਾ ਅਤੇ ਫੋਕ ਜਿਹੜਾ, ਅਤੇ ਇਹ ਤਾਂ ਸਾਡੇ ਖੂਨ ਦੇ ਵਿੱਚ ਆ ਨਾ, ਦੇਖੋ ਫੋਕ ਸਾਜ਼ ਜਿਹੜੇ ਆ ਜੇ ਕਿਤੇ ਵੱਜਦੇ ਆ ਤਾਂ ਐਸਾ ਆਨੰਦ ਆਉਂਦਾ ਵੀ ਢੋਲ ਵੱਜਦਾ ਜਾਂ ਤਬਲਾ ਵੱਜਦਾ ਅਤੇ ਹਾਰਮੋਨੀਅਮ ਵੱਜਦਾ, ਕੈਸਾ ਉਹਦਾ ਉਹਦਾ ਕੀ ਲੁਤਫ ਹੁੰਦਾ ਜੀ, ਉਹ ਕੀ ਕੰਪਿਊਟਰ ਦੇ ਵਿੱਚੋਂ ਨਹੀਂ ਨਿਕਲ ਸਕਦਾ ਨਾ, ਅੱਜ ਕੱਲ੍ਹ ਤਾਂ ਕੰਪਿਊਟਰ ਦੇ ਵਿੱਚੋਂ ਨਿਕਲਦਾ। ਬਿਲਕੁਲ ਜੀ ਬਿਲਕੁਲ, ਅੱਜ ਕੱਲ੍ਹ ਤਾਂ ਤੁਸੀਂ ਜਿੱਥੋਂ ਮਰਜ਼ੀ ਕੱਢ ਲਓ, ਤਬਲਾ ਪਾਓ ਉੱਥੇ, ਲੂਪ ਕੱਢ ਕੇ ਚੱਕ ਉੱਥੇ ਵਿੱਚ ਵਾਰੋ ਜੀ, ਉਹ ਹਾਂ ਸੁਰੰਗੀ ਚੱਕ ਕੇ ਵਿੱਚ ਵਾਰ ਦਿਓ। ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ ਭਾਅ ਜੀ, ਬਹੁਤ ਮਜ਼ਾ ਆ ਰਿਹਾ ਗੱਲਾਂ ਬਾਤਾਂ ਕਰਕੇ, ਤਾਂ ਹਜੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਇਹਨਾਂ ਨਾਲ, ਪਰ ਮੈਨੂੰ ਥੋੜ੍ਹਾ ਜਿਹਾ ਅਫਸੋਸ ਜ਼ਰੂਰ ਹੈ ਕਿ ਤੁਹਾਡੇ ਨਾਲ ਅੱਜ ਘਰਾਂ ਵਿੱਚ ਬੈਠੇ ਦਰਸ਼ਕਾਂ ਨਾਲ ਗੱਲਬਾਤ ਨਹੀਂ ਹੋ ਸਕੀ, ਪਰ ਬਾਅਦ ਦੇ ਵਿੱਚ ਜ਼ਰੂਰ ਫਿਰ ਕਦੇ ਸਤਿਗੁਰਨਾ ਚਾਹੇ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਫਿਰ ਕਦੇ। ਅਤੇ ਸੋ ਫਿਲਹਾਲ ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ ਸੁਖਸ਼ਿੰਦਰ ਛਿੰਦਾ ਜੀ ਨਾਲ, ਅਤੇ ਨਾਲ ਕੁਛ ਨਾ ਕੁਛ ਹੋਰ
ਸੁਣਾਂਗੇ ਵੀ ਜ਼ਰੂਰ ਇਹਨਾਂ ਕੋਲ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ। ਮਹਿਮਾਨ ਅੱਜ ਸਾਡੇ ਕੋਲ ਪਹੁੰਚੇ ਨੇ ਸੁਖਸ਼ਿੰਦਰ ਛਿੰਦਾ ਜੀ। ਛਿੰਦਾ ਭਾਅ ਜੀ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਔਰ ਗੱਲਾਂ ਪਤਾ ਸਿਲਸਿਲਾ ਜਦੋਂ ਫਲੋ ਪੂਰਾ ਬਣਦਾ ਉਦੋਂ ਬ੍ਰੇਕ ਆ ਜਾਂਦੀ ਹੈ, ਇਹ ਵੀ ਇੱਕ ਕੋਈ ਗੱਲ ਨਹੀਂ, ਪ੍ਰੋਬਲਮ ਚੱਲੋ, ਇਹ ਵੀ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਅਤੇ ਗੱਲ ਚੱਲਦੀ ਸੀ ਜਿਵੇਂ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਤੁਸੀਂ ਹਾਂਜੀ ਹੋਰ ਵੀ ਆ ਰਿਹਾ ਨਾਲ। ਅੱਛਾ ਹਾਂਜੀ, ਅਤੇ ਜਿਵੇਂ ਗੁਰਦਾਸ ਮਾਨ ਸਾਹਿਬ ਉਹਨਾਂ ਨਾਲ ਤੁਹਾਡਾ ਬਹੁਤ ਵਧੀਆ ਇੱਕ ਆਈ ਸੀ ਕੋਲੈਬੋਰੇਸ਼ਨ 3 ਸੀ ਉਹ। ਤੂੰ ਰੰਗ ਦੇ ਲਿਆ ਚੁੰਨੀ ਨੂੰ ਮੁਟਿਆਰੇ ਨੇ ਮਿੱਤਰਾਂ ਦੇ ਪੱਗ ਵਰਗਾ, ਹਾਂਜੀ ਤੁਹਾਨੂੰ ਵੇਖ ਕੇ ਫਿਰ ਨਜ਼ਰ ਆ ਰਹੇ ਯਾਦ। ਇਹ ਵੀ ਇੱਕ ਵੱਖਰਾ ਤਜਰਬਾ ਜਿਵੇਂ ਤੁਸੀਂ ਇਸ ਤਰ੍ਹਾਂ ਦੇ ਕੀਤੇ ਨੇ, ਜਿਵੇਂ ਤਿੰਨ ਸਿੰਗਰ ਸੀਗੇ ਉਹਦੇ ਵਿੱਚ, ਅਰਬਾਰ ਉਹਲਾ ਉਹ ਇੱਦਾਂ ਸੀਗੇ ਨਾ ਜੱਗੀ ਜੀ, ਵੀ ਉਹ ਆਮ ਜਿਹੜੇ ਡਿਊਟ ਦੁਗਾਣੇ ਜਿਹੜੇ ਫੀਮੇਲ ਨਾਲ ਹੁੰਦੇ ਸੀਗੇ ਨਾ ਜੀ, ਅਤੇ ਉਹ ਦਿਮਾਗ 'ਚ ਆਈ ਸੀਗੀ ਯਾਰ ਵੀ ਮੇਲ ਨੂੰ ਲੈ ਕੇ ਵੀ ਇੱਦਾਂ ਕੰਬੀਨੇਸ਼ਨ, ਨਾਲੇ ਕੰਟਰੀਜ਼। ਉਹ ਸ਼ਬੀਰ ਸਾਹਿਬ ਸਾਡੇ UK ਤੋਂ ਮੂਵੀ ਬਾਕਸ 'ਤੇ, ਉਹਨਾਂ ਸੀਗਾ ਵੀ UK ਪਾਕਿਸਤਾਨ ਅਤੇ ਇੰਡੀਆ ਦਾ ਕੰਬੀਨੇਸ਼ਨ ਬਣੇ, ਆਪਣੀ ਬਣਾ ਲਾ ਮੈਨੂੰ ਤੂੰ ਸੱਜਣਾ ਫਿਲਮਾਂ ਦੇ ਵਿੱਚ, ਫਿਲਮਾਂ ਚ ਹੈਗੇ ਸੀ ਮੇਰੇ ਖਿਆਲ, ਨਹੀਂ ਉਹ ਲੱਗਦਾ ਸੀਗਾ ਫਿਲਮੀ, ਲੇਕਿਨ ਉਸੇ ਐਲਬਮ ਦੇ ਪਿੱਛੇ ਕੋਲੈਬੋਰੇਸ਼ਨ। ਆਪਣੀ ਬਣਾ ਲੈ ਮੈਨੂੰ ਤੂੰ ਸੱਜਣਾ, ਆਪਣੀ ਬਣਾ ਲੈ ਮੈਨੂੰ ਤੂੰ ਸੱਜਣਾ। ਬਹੁਤ ਵਧੀਆ, ਬਹੁਤ ਵਧੀਆ। ਤੇ ਤੁਸੀਂ ਬਰਥ ਤੁਹਾਡਾ ਇੰਗਲੈਂਡ ਦਾ ਹੀ ਹੈ, ਬਰਮਿੰਗਮ? ਹਾਂਜੀ ਬਰਮਿੰਗਮ ਦਾ, ਲੇਕਿਨ ਗੱਲ ਇਹ ਹੈ ਵੀ ਯਾਰ ਮੈਂ ਉੱਥੋਂ ਦਾ ਜਿੱਥੇ ਜੰਮਿਆ ਭਗਤ ਸਰਦਾਰ। ਪਿੰਡ ਤੁਹਾਡਾ? ਹਾਂਜੀ ਕਿਹੜਾ? ਮੈਨੂੰ ਮਾਨ ਪੰਜਾਬ ਦੀ ਮਿੱਟੀ 'ਤੇ, ਮੈਂ ਆਪ ਭਾਵੇਂ ਪ੍ਰਵਾਸੀ ਹਾਂ, ਜਿੱਥੇ ਸਰਦਾਰ ਊਧਮ ਸਿੰਘ ਭਗਤ ਸਿੰਘ ਨੇ ਜਨਮ ਲਿਆ ਮੈਂ ਉਸ ਵਤਨ ਦਾ ਵਾਸੀ ਹਾਂ। ਵਾਹ ਜੀ ਵਾਹ। ਪਿੰਡ ਧਮਾਈ ਜੀ, ਧਮਾਈ ਹਾਂਜੀ, ਡਿਸਟ੍ਰਿਕਟ ਹੁਸ਼ਿਆਰਪੁਰ। ਅੱਛਾ, ਮੈਂ ਤੁਹਾਡਾ ਵੈਬਸਾਈਟ 'ਤੇ ਪੜ੍ਹਿਆ ਸੀ ਉਹ ਧਮਾਈ ਵਾਲਾ ਸੀ, ਤਿੰਨ ਮੇਰੇ ਭਾਈ ਸਾਹਿਬ ਜਿਹੜੇ ਸਿਸਟਰ ਇੰਡੀਆ ਦੇ, ਫਿਰ ਬਾਕੀ ਦੇ ਅਸੀਂ ਦੋ UK ਦੇ। ਪਰ ਤੁਹਾਡੀ ਬੋਲੀ ਤੋਂ ਕਦੇ ਨਹੀਂ ਲੱਗਿਆ ਕਿ ਤੁਸੀਂ ਇਧਰਲੇ ਬੋਰ ਨੂੰ, ਇਹਦਾ ਕੀ ਕਾਰਨ ਘਰ ਦੇ ਵਿੱਚ ਪੰਜਾਬੀ ਸਾਹਿਬ ਸਾਡੇ ਫਾਦਰ ਸਾਹਿਬ ਸੰਗੀਤ ਦੇ ਮਤਲਬ ਰਿਲੇਟਿਡ ਹੋਣ ਨਾਲ ਨਾ, ਤੇ ਅੱਛੇ ਲੋਕਾਂ ਦੀ ਸੰਗਤ, ਨਹੀਂ ਤਾਂ ਇੰਗਲੈਂਡ ਤਾਂ ਬਹੁਤ ਛੇਤੀ ਅਸਰ ਪਾਉਂਦਾ, ਲਾਈਕ ਲੋਕਾਂ ਦੀ ਵੱਡੇ ਅੱਗੇ ਵੱਡੇ ਭਰਾਵਾਂ ਦੀ ਸੰਗਤ। ਹਾਂਜੀ ਨਹੀਂ ਬਹੁਤ ਵਧੀਆ, ਬਹੁਤ ਜ਼ਰੂਰੀ ਹੈ। ਮੈਂ ਹਮੇਸ਼ਾ ਕਹਿੰਦਾ ਵੀ ਅੱਛੀ ਸੰਗਤ ਕਰੋ, ਸੰਗਤ ਉਹਨਾਂ ਨਾਲ ਕਰੋ ਜੇ ਤੁਹਾਡੇ ਨਾਲ ਵਧੀਆ, ਫਿਰ ਮਜ਼ਾ। ਮੈਂ ਕਹਿੰਦਾ ਜੀ ਸਾਡੇ ਪੰਜਾਬ ਦੇ ਸਿੰਗਰ ਦੋ ਗੇੜੇ ਇੰਗਲੈਂਡ ਮਾਰ ਜਾਣ, ਉਹ ਲਾਈਕ ਗੋਡੀ ਐਂਡ ਨਾਈਸ਼ ਆ, ਉਹ ਕਰਨ ਲੱਗ ਜਾਂਦੇ ਆ। ਤੁਸੀਂ ਤਾਂ ਬੋਰਨ ਇਹ ਹੈਗੇ ਇੰਗਲੈਂਡ ਦੇ, ਪਰਮਾਤਮਾ ਦਾ ਸ਼ੁਕਰ ਹੈ ਬਹੁਤ ਜੀ, ਔਰ ਬਹੁਤ ਤੁਸੀਂ ਪੰਜਾਬੀ ਬੋਲੀ ਜਿਹੜਾ ਸਿਰ ਮਾਨ ਨਾਲ ਉੱਚਾ, ਸਾਡਾ ਕਲਚਰ ਜੋ ਗੁਰੂ ਸਾਹਿਬਾਂ ਨੇ ਕੀਤਾ ਸੀ ਕਿਤੇ, ਸਤਿਕਾਰਯੋਗ ਵੱਡੇ ਵੀਰ ਉਹ ਵੀ ਉੱਥੇ ਸੀਗੇ, ਉਹ ਵੀ ਤੁਸੀਂ ਕਦੇ ਫਿਰ ਤੁਸੀਂ ਜਦੋਂ ਹੋਰ ਸਿੰਗਰਾਂ ਦੇ ਗੀਤ ਕਰਦੇ ਹੋ ਜੀ, ਆਪਦੇ ਵੀ ਕਰਦੇ ਹੋ ਜੀ ਜੀ, ਤੇ ਫਿਰ ਜ਼ੋਰ ਓਨਾ ਹੀ ਲਾਉਂਦੇ ਹੋ ਬਾਕੀਆਂ ਤੇ, ਕਿ ਬਾਕੀਆਂ ਤੇ ਵੱਧ ਲਾਉਂਦੇ ਵੀ ਅਗਲੇ ਨੂੰ ਇਹ ਨਾ ਲੱਗੇ ਵੀ ਯਾਰ ਸੱਚ ਹੈ ਵੀ ਉਹਨਾਂ ਤੇ ਜ਼ਿਆਦਾ ਲਾਇਆ, ਬੜਾ ਜ਼ਿਆਦਾ ਲਾਉਣਾ ਪੈਂਦਾ, ਕਿਉਂਕਿ ਉਦੋਂ ਮੈਂ ਗਾਉਂਦਾ ਨਹੀਂ ਸੀਗਾ। ਹਾਂਜੀ ਗਾਉਂਦਾ ਸੀਗਾ ਲੇਕਿਨ ਪ੍ਰੋਫੈਸ਼ਨਲ ਹੀ ਨਹੀਂ। ਅੱਛਾ ਹਾਂਜੀ, ਜਦੋਂ ਫਿਰ ਦੋ ਤਿੰਨ ਗੀਤ ਆਏ ਤੇ ਲੋਕੀ ਕਹਿੰਦੇ ਸਟੇਜਾਂ ਵੀ ਗਰੁੱਪ ਵੀ ਹੋਣਾ ਚਾਹੀਦਾ, ਸਾਡੇ ਉਸਤਾਦ ਜੀ ਨੇ ਕਿਹਾ ਹੁਣ ਗਰੁੱਪ, ਫਿਰ ਮੈਂ ਸਾਜ਼ ਵੀ ਆਉਣੇ ਛੱਡ ਦਿੱਤੇ ਸਟੇਜਾਂ ਦੇ, ਕਿਉਂਕਿ ਮੇਰਾ ਆਪਣਾ ਗਰੁੱਪ ਸੀਗਾ ਨਾ। ਠੀਕ ਹੈ ਜੀ, ਤੇ ਰਿਕਾਰਡਿੰਗ ਕਰਦਾ ਰਿਹਾ, ਲੇਕਿਨ ਫਿਰ ਇਸ ਤਰ੍ਹਾਂ ਦਾ ਦੌਰ ਇੱਦਾਂ ਆਏ ਵੀ ਇੰਨੇ ਬਿਜ਼ੀ ਹੋ ਗਏ ਪ੍ਰੋਗਰਾਮ 'ਚ। ਅੱਛਾ, ਫਿਰ ਟਾਈਮ ਮੈਂ ਇੱਦਾਂ ਨਹੀਂ ਚਾਹੁੰਦਾ ਵੀ ਮੈਂ ਤੇਰੀ ਵੀ ਕਰ ਲਊਂ ਰਿਕਾਰਡਿੰਗ, ਤੇਰੀ ਵੀ ਲਿਆ ਵੀ ਮੈਂ ਇੱਦਾਂ ਨਹੀਂ ਕਿਸੇ ਨੂੰ ਗਲਤ ਨਹੀਂ, ਜਾਂ ਆਸ ਲਾ ਕੇ ਜੋ ਕੰਮ ਉਹਨਾਂ ਹੀ ਕੀਤਾ, ਕੰਮ ਉਹਨਾਂ ਹੀ ਕੀਤਾ ਜਿਹਨੂੰ ਮੈਨੂੰ ਲੱਗਦਾ ਮੈਂ ਕਰ ਸਕਦਾ, ਔਰ ਜਿੰਨਾ ਕੰਮ ਤੁਸੀਂ ਕੀਤਾ ਉਹਨਾਂ ਪ੍ਰਵਾਨ ਚੜਿਆ। ਮੈਨੂੰ ਨਹੀਂ ਲੱਗਦਾ ਕੋਈ ਸ਼ਾਇਦ ਗੀਤ ਕਿਤੇ ਇਹੋ ਜਿਹਾ ਵਿੱਚ ਆਇਆ ਹੋ ਜਿਹੜਾ ਮਾੜਾ ਮੋਟਾ ਢਿੱਲਾ ਮੱਠਾ ਰਿਹਾ ਹੋਵੇ। ਹਾਂਜੀ ਚਲੋ, ਅਤੇ ਮਾੜਾ ਮੋਟਾ, ਹਾਂ ਜ਼ਿੰਦਗੀ 'ਚ ਜੀ। ਹਾਂਜੀ, ਪਰ ਫਿਰ ਵੀ ਮੋਸਟਲੀ ਪਿਆਰ ਦਿੱਤਾ ਅਮਰਿੰਦਰ ਗਿੱਲ, ਦਿਲਦਾਰੀਆਂ, ਹਾਂਜੀ ਹੋਰ ਵੀ ਹਜੇ ਦਿਲ ਆਪਣਾ ਪੰਜਾਬੀ ਫਿਲਮ ਵੀ, ਸ਼ਹੀਦ ਊਧਮ ਸਿੰਘ ਜੀ, ਸੋ ਬੁਲੰਦੀ ਫਿਲਮ 'ਚ ਵੀ, ਐਸੇ ਮਿਊਜ਼ਿਕ ਫਿਲਮਾਂ 'ਚ ਵੀ ਦਿੱਤਾ, ਅਤੇ ਇੱਕ ਹਿੰਦੀ ਫਿਲਮ ਦੇ ਵਿੱਚ ਵੀ ਸੀਗਾ ਸ਼ਾਇਦ, ਉਹ ਬੁਲੰਦੀ ਸੀਗਾ ਜੋ ਕੁਮਾਰ ਜੀ ਨੇ ਗਾਇਆ ਸੀਗਾ, ਹੀਰਾ ਜੋਗ ਦਾ, ਔਰ ਅੱਛਾ ਰਿਹਾ ਸੀਗਾ। ਅਤੇ ਇਹ ਬਹੁਤ ਵਧੀਆ ਗੱਲ। ਅੱਛਾ ਇੱਕ ਹੋਰ ਸਵਾਲ ਜਿਹੜਾ ਮੇਰੇ ਵੀ ਜ਼ਿਹਨ ਦੇ ਵਿੱਚ ਆਉਂਦਾ, ਸਾਡੇ ਪੰਜਾਬੀਆਂ ਦੇ ਅਕਸਰ ਜ਼ਿਹਨ ਦੇ ਵਿੱਚ ਆਉਂਦਾ,
ਅਸੀਂ ਅਗਰ ਰਿਦਮ ਦੀ ਗੱਲ ਕਰੀਏ, ਹਾਂਜੀ, ਗਾਣਿਆਂ ਦੇ ਵਿੱਚ ਇਹ ਕਿਹਾ ਜਾਂਦਾ, ਸ਼ਾਇਦ ਹੈਗਾ ਵੀ ਹੈ, ਕਿ ਚਾਹੇ ਬੰਬੇ ਦੀ ਰਿਕਾਰਡਿੰਗ ਹੋਵੇ, ਚਾਹੇ ਦਿੱਲੀ ਦੀ ਹੋਵੇ, ਚਾਹੇ ਕਿਤੇ ਦੀ ਹੋਵੇ, ਜੋ ਰਿਦਮ ਗਾਣੇ ਦੇ ਵਿੱਚ ਇੰਗਲੈਂਡ ਦੇ ਤੁਹਾਡੇ ਗਾਣਿਆਂ ਦੇ ਵਿੱਚ ਹੁੰਦਾ ਉਹ ਹੋਰ ਕਿਤੇ ਨਹੀਂ ਹੁੰਦਾ, ਉਹਦਾ ਕੀ ਖਾਸ ਕਾਰਨ? ਮੈਨੂੰ ਤਾਂ ਕਿਸੇ ਨੇ ਦੱਸਿਆ ਵੀ ਤੁਸੀਂ ਉਹ ਪਿੰਨਾਂ ਸੋਨੇ ਦੀ ਲਵਾਈਆਂ ਜਿਹੜੀਆਂ, ਉਹ ਇਹਦਾ ਜੱਗੀ ਜੀ ਵੀ ਜਿਹੜੇ ਰਿਦਮ ਦੀ ਸੀਗੀ ਨਾ, ਮੈਂ ਤੁਹਾਨੂੰ ਦੱਸਿਆ ਵੀ ਸਾਡੇ ਉਸਤਾਦ ਜੀ ਲਾਲ ਸਿੰਘ ਭੱਟੀ ਜੀ ਢੋਲ ਉਹਨਾਂ ਤੋਂ ਸਿੱਖਿਆ ਮਹਾਰਾਜ, ਤਬਲਾ ਤਾਂ ਸਿੱਖ ਵੀ ਆਉਂਦੇ ਸੀ ਰਿਦਮ, ਕਿਉਂਕਿ ਆਪ ਵੀ ਆਈ ਹੈ ਅਤੇ ਜਦੋਂ ਆਪ ਚੀਜ਼ ਬੰਦਾ ਜਾਣਕਾਰ ਹੋਵੇ, ਜਿੱਦਾਂ ਤੁਸੀਂ ਦੱਬ ਰਹੇ ਹੋ ਤੁਹਾਨੂੰ ਪਤਾ ਆ ਕਿ ਉਹ ਬਟਨ ਕਦੇ ਉੱਥੇ ਜੇ ਇੱਦਾਂ ਉੱਦਾਂ ਹੀ ਦੱਬੀ ਜਾਵੇ ਬੰਦੇ ਤਾਂ ਉਹ ਗੱਲ ਥੋੜ੍ਹਾ ਬਣ ਸਕਦੀ ਹੈ। ਇਸ ਕਰਕੇ ਉਹ ਚੀਜ਼ 'ਤੇ ਜਿਹੜਾ ਇਕੱਲੀ ਇਕੱਲੀ ਰੂਹ ਨਾ ਵਿਆਈ ਚੀਜ਼ ਵੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਗੱਲਾਂ ਕਈ ਵਾਰ ਕਰਦੇ ਹੁੰਦੇ ਨੇ ਬਾਹਲਾ, ਉਦੋਂ ਪਤਾ ਨਹੀਂ ਹੁੰਦਾ ਇਸ ਲਾਈਨ 'ਚ, ਉਦੋਂ ਵੀ ਤੁਸੀਂ ਮੇਰੇ 92-93 ਤੁਸੀਂ ਆਏ ਹੋ। ਹਾਂਜੀ, 92-93 ਸ਼ੁਰੂ ਕੀਤਾ ਪ੍ਰੋਫੈਸ਼ਨਲ, ਪਹਿਲਾ ਗੀਤ 93 'ਚ ਨਹੀਂ, ਮੇਰੇ ਐਲਬਮ ਆਏ ਸੀ 2003 'ਚ, ਉਹ ਤੋਂ ਪਹਿਲਾਂ ਮਿਊਜ਼ਿਕ ਹੀ ਕੀਤਾ ਕੀਤਾ ਉਸ ਤੋਂ ਪਹਿਲਾਂ ਪਹਿਲਾ ਗੀਤ ਜਿਹੜਾ ਮੇਰੇ ਐਲਬਮ ਆਏ ਸੀ 2003 ਦੇ। ਅਸੀਂ ਜਦੋਂ 1992-93 'ਚ ਆ ਗਏ ਸੀ ਮਾਰਕੀਟ 'ਚ ਭਗਵੰਤ ਮਾਨ ਦੇ ਨਾਲ, ਵਾਹ ਵਾਹ, ਅਤੇ ਉਦੋਂ ਕਈ ਜਿਵੇਂ ਗੱਲ ਕਰਦੇ ਸੀ ਯਾਰ JGB ਦੇ ਗਾਣਿਆਂ 'ਚ ਉਹ ਬੜਾ ਕਹਿੰਦੇ ਵੀ ਰਿਦਮ ਬੜਾ ਜ਼ਬਰਦਸਤ ਹੁੰਦਾ, ਉਹ ਕਹਿੰਦੇ ਵੀ ਸੁਖਜਿੰਦਰ ਸ਼ਿੰਦੇ ਨੇ ਨਾ ਸੋਨੇ ਦੀਆਂ ਪਿੰਨਾਂ ਲਵਾਈਆਂ ਜਿਹੜੀਆਂ, ਪਰ ਇਹ ਮਿਹਨਤ ਹੈਗੀ ਜੀ, ਚਲੋ ਸਤਿਗੁਰੂ ਬਹੁਤ ਅੱਛੀ ਹੈ ਜੀ। ਚਲੋ ਜੀ, ਅਤੇ ਸਾਡੇ ਦਰਸ਼ਕਾਂ ਨੂੰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਆਪਾਂ ਤੁਸੀਂ ਕਿਹੜੀਆਂ ਦੋ ਲਾਈਨਾਂ ਸਾਂਝੀਆਂ ਕਰਨੀ? ਮੈਂ ਅੱਜ ਦਿਨ ਖੁਸ਼ੀਆਂ ਤਾਂ ਸਾਡੇ ਵਾਸਤੇ ਖੁਸ਼ੀਆਂ ਦੇਣਾ ਜੀ। ਚਲੋ ਮੈਂ ਕਿਹਾ ਕੁਝ ਨਵਾਂ ਸੁਣਾਵਾਂਗਾ, ਉਹ ਤਾਂ ਫਿਰ ਸੁਣਿਆ ਆ। ਹਾਂ ਨਹੀਂ, ਚਲੋ ਉਹਦੀਆਂ ਵੀ, ਚਲੋ ਅੱਜ ਦਿਨ ਖੁਸ਼ੀਆਂ ਲਗਾ ਦਿੰਦੇ ਹਾਂ, ਨਾਲੇ ਚਲੋ ਗੁਰਪੁਰਬ ਦੀ ਵਧਾਈ ਹੋਵੇ ਵੀ। ਬਿਲਕੁਲ ਜੀ, ਇਹ ਵੀ ਸਾਡੀ ਇਹ ਤੋਂ ਵੱਡੀ ਕੀ ਖੁਸ਼ੀ ਹੋ ਸਕਦੀ ਹੈ, ਪੂਰੀ ਦੁਨੀਆਂ ਵਿੱਚ ਬੈਠੇ ਹੋਏ ਜਿਹੜੀ ਸੰਗਤ ਹੈ, ਇਕੱਲੇ ਪੰਜਾਬੀ ਨਹੀਂ, ਹਾਂਜੀ, ਈਵਨ ਅਫਗਾਨਿਸਤਾਨ ਜਾਂ ਗੁਰੂ ਨਾਨਕ ਦੇਵ ਜੀ ਨੂੰ ਅਲੱਗ ਅਲੱਗ ਮੁਲਕਾਂ ਦੇ ਵਿੱਚ ਅਲੱਗ ਅਲੱਗ ਨਾਵਾਂ ਦੇ ਨਾਲ ਬਿਲਕੁਲ ਪੂਜਿਆ ਜਾਂਦਾ, ਜਾਣਿਆ ਜਾਂਦਾ, ਉਹਨਾਂ ਦੀ ਸਤਿਕਾਰ ਕੀਤਾ ਜਾਂਦਾ। ਸੋ ਮੇਰੇ ਖਿਆਲ ਦੋ ਲਾਈਨਾਂ ਇਸ ਤਰ੍ਹਾਂ ਦਿਓ, ਫਿਰ ਆਪਾਂ ਦੂਸਰਾ ਗੀਤ ਸਰ। ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ, ਅੱਜ ਦਿਨ ਖੁਸ਼ੀਆਂ ਦਾ ਸੱਜਣਾ ਹੋਏ, ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ, ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਆਵੋ ਰਲ ਮਿਲ ਖੁਸ਼ੀ ਮਨਾਈਏ, ਹੱਸੀਏ ਨੱਚੀਏ ਟੱਪੀਏ ਗਾਈਏ, ਇਹ ਵੇਲਾ ਮੁੜ ਕੇ ਨਹੀਂ ਲੱਭਣਾ ਹੋਏ, ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ, ਅੱਜ ਦਿਨ ਖੁਸ਼ੀਆਂ ਦਾ ਸੱਜਣਾ। ਕਿਆ ਬਾਤ ਹੈ ਜੀ, ਇਹ ਕੋਈ ਵੀਡੀਓ ਵਿਆਹ ਦੀ ਐਸੀ ਨਹੀਂ, ਔਰ ਕੋਈ ਵਿਆਹ ਐਸਾ ਨਹੀਂ ਜਿਹਦੇ ਵਿੱਚ ਇਹ ਮੇਰੇ ਖਿਆਲ 10-12 ਵਾਰ ਗੀਤ ਨਾ ਲੱਗਾ ਹੋਵੇ। ਅਸੀਂ ਬੇਟੇ ਦਾ ਵਿਆਹ ਕਰਕੇ ਸਾਡੇ ਤਾਂ ਇਹੀ ਚੱਲਿਆ, ਜਾਗੋ ਵਾਲੇ ਦਿਨ ਵੀ ਅਤੇ ਵਿਆਹ ਵਾਲੇ ਦਿਨ ਵੀ ਅਤੇ ਰਿਸੈਪਸ਼ਨ ਵਾਲੇ ਦਿਨ ਵੀ। ਸੋ ਗੱਲਬਾਤ ਜਿਹੜੀ ਹੈ ਸੁਖਸ਼ਿੰਦਰ ਸ਼ਿੰਦਾ ਜੀ ਦੇ ਨਾਲ ਚੱਲ ਰਹੀ ਹੈ, ਅਤੇ ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਚੱਲੇਗੀ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਪ੍ਰੋਗਰਾਮ ਦਾ ਆਖਰੀ ਪੜਾਅ ਅਤੇ ਸੁਖਸ਼ਿੰਦਰ ਸ਼ਿੰਦਾ ਸਾਹਿਬ ਸਾਡੇ ਨਾਲ ਨੇ। ਸ਼ਿੰਦਾ ਭਾਜੀ, ਇੱਕ ਨਾਮ ਸੁਖਸ਼ਿੰਦਰ, ਸੁਖਵਿੰਦਰ ਹੁੰਦਾ, ਸੁਖਮਿੰਦਰ ਹੁੰਦਾ, ਸੁਖਜਿੰਦਰ ਹੁੰਦਾ, ਇਹ ਸੁਖਸ਼ਿੰਦਰ ਬਿਲਕੁਲ ਵੱਖਰਾ ਨਾਮ ਆ, ਇਹਦੇ ਕੋਈ ਰਾਜ ਵਾਲੀ ਗੱਲ ਹੈ? ਫਾਦਰ ਸਾਹਿਬ ਨੇ ਦੱਸਿਆ, ਬੀਬੀ ਜੀ ਨੇ ਰੱਖਿਆ ਨਾਮ, ਅੱਛਾ ਬੀਬੀ ਜੀ ਉਹਨਾਂ ਰੱਖਿਆ ਜੀ, ਅਤੇ ਸ਼ਿੰਦਾ ਸੁਖਸ਼ਿੰਦਰ ਸ਼ਿੰਦਾ, ਅਤੇ ਸ਼ਿੰਦਾ ਛੋਟਾ ਨਾਮ ਸੀਗਾ ਸ਼ੁਰੂ 'ਚ, ਹਾਂਜੀ, ਅਤੇ ਭੁੱਲਰ ਨਹੀਂ ਕਦੇ ਸੁਖਸ਼ਿੰਦਰ ਸਿੰਘ ਭੁੱਲਰ ਨਹੀਂ ਲਿਖਿਆ ਕਦੇ? ਹਾਂ ਉਹ ਵਹ ਟੇਪਾਂ 'ਚ ਨਹੀਂ ਲਿਖਿਆ, ਟੇਪਾਂ 'ਚ ਨਹੀਂ ਲਿਖਿਆ, ਅੱਛਾ, ਹਾਂਜੀ। ਮੈਨੂੰ ਨਾਲ ਮੁੰਡਾ ਕਹਿੰਦਾ ਹੁੰਦਾ ਨਾ ਵੀ ਭੁੱਲਰ ਕਿਉਂ ਨਹੀਂ ਲਿਖਿਆ, ਮੈਂ ਕਿਹਾ ਵੀ ਬੀਬੀ ਨੇ ਨਾਲ ਹੀ ਸ਼ਿੰਦਾ, ਕਹਿੰਦਾ ਜੀ ਭੁੱਲਰ ਲਿਖਦੇ ਪ੍ਰੋਗਰਾਮ ਭੁੱਲਰ ਨੇ ਬਹੁਤ ਦਿਨ ਦੇਣੇ ਸੀਗੇ, ਨਹੀਂ ਹੁਣ ਉਦੋਂ ਭੁੱਲਰ ਨਹੀਂ ਦੇਣੇ ਸੀ, ਸਾਰੇ ਦਿੰਦੇ ਆ ਹੁਣ, ਸਾਰੇ ਪ੍ਰੋਗਰਾਮ ਦਿੰਦੇ। ਦੇਖੋ ਜੀ, ਪ੍ਰੋਗਰਾਮ ਮੇਰੇ ਹਿਸਾਬ ਦੇ ਨਾਲ ਚਾਹੇ ਭੁੱਲਰ ਲਿਖ ਲਓ, ਚਾਹੇ ਸਿੰਧੂ ਲਿਖ ਲਓ, ਚਾਹੇ ਮਾਨ ਲਿਖ ਲਓ, ਪ੍ਰੋਗਰਾਮ ਨੂੰ ਤੁਹਾਡੇ ਗੱਲਬਾਤ ਅੱਛੀ ਲੱਗਣੀ ਚਾਹੀਦੀ ਹੈ, ਸਿੱਧੀ ਗੱਲਬਾਤ ਔਰ ਗੱਲਬਾਤ ਤੁਹਾਡੀ ਬਹੁਤ ਅੱਛੀ ਹੁੰਦੀ। ਇੰਗਲੈਂਡ ਵੀ ਆਪਾਂ ਮਿਲੇ ਇੱਕ ਦੋ ਵਾਰੀ ਪ੍ਰੋਗਰਾਮਾਂ ਦੇ ਇਕੱਠੇ ਹੋਣ ਦਾ ਸਵਾਬ ਬਣਿਆ, ਅਤੇ ਹੁਣ ਜਿਹੜੇ ਤੁਹਾਡੇ ਅਪ੍ਰੈਲ ਦੇ ਵਿੱਚ ਸ਼ੋਅ ਹੋ ਰਹੇ ਨੇ ਉਦੋਂ ਵੀ ਆਪਾਂ ਜ਼ਰੂਰ ਪਰਮਾਤਮਾ ਨੇ ਚਾਹਿਆ ਤਾਂ ਚਲੋ ਅਸੀਂ ਇਕੱਠੇ ਬਿਲਕੁਲ ਕੋਈ ਕੋਲੈਬੋਰੇਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਸ਼ੀਤਲ ਭਾਅ ਜੀ ਉਹਨਾਂ ਨਾਲ। ਬਿਲਕੁਲ, ਅਤੇ ਅੱਛਾ ਆਉਣ ਵਾਲੇ ਪ੍ਰੋਜੈਕਟਾਂ ਦੀ ਜੇ ਗੱਲ ਕਰੀਏ ਤਾਂ ਉਹ ਕਿਹੜੇ ਕਿਹੜੇ ਹੋਰ ਪ੍ਰੋਜੈਕਟ ਨੇ? ਇੱਕ ਤਾਂ ਚਲੋ ਗੀਤਾਂ ਦੀ ਗੱਲ ਹੋ ਗਈ, ਕਿਸੇ ਹੋਰ ਸਿੰਗਰ ਦਾ ਕੋਈ ਪ੍ਰੋਜੈਕਟ ਜਾਂ ਕੋਈ ਸਿੰਗਲ ਟਰੈਕ? ਉਹ ਜੱਗੀ ਜੀ ਇੱਦਾਂ ਆ ਵੀ ਮੈਂ ਆਪਣਾ ਚੈਨਲ, ਮੇਰਾ ਜੋ ਤੁਸੀਂ ਪੰਛੀ ਔਰ ਉਹਨਾਂ ਗਾਣੇ ਚੱਲੇ, ਮੈਂ ਆਪਣੀ ਕੰਪਨੀ 'ਚ ਆਇਆ ਗੀਤ, ਅਤੇ ਮੇਰਾ ਚੈਨਲ ਵੀ ਹੈ ਯੂਟਿਊਬ ਦਾ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਅਲੱਗ ਕਿਸਮ ਦੀਆਂ, ਜਿਸ ਤਰ੍ਹਾਂ ਉਸਤਾਦ ਲਾਲ ਸਿੰਘ ਭੱਟੀ ਨਾਲ ਸੀਗੇ ਢੋਲ ਦੀ ਜੁਗਲਬੰਦੀ, ਉੱਥੇ ਹੁਣ ਤਾਂ ਕਲਿੱਪ ਛੱਡਿਆ ਉਹਦੇ, ਸਾਰਾ ਇੱਕ ਆਈਟਮ ਆ, ਉਸ ਤੋਂ ਇਲਾਵਾ ਕੁਛ ਢਾਡੀ ਰੰਗ ਦੀਆਂ ਚੀਜ਼ਾਂ, ਅਤੇ ਬਾਕੀ ਨਵੇਂ ਪ੍ਰੋਡਿਊਸਰ, ਨਵੇਂ ਸਿੰਗਰ ਅਤੇ ਨਵੇਂ ਗਾਇਕ ਵੀ, ਜੋ ਜਿਹਨਾਂ 'ਤੇ ਵੀਡੀਓ ਹੁੰਦੇ ਅਤੇ ਉਹ ਰਿਲੀਜ਼ ਕਰਾਂਗੇ ਅੱਛੇ ਪਲੇਟਫਾਰਮ 'ਤੇ। ਕਿਸ ਨਾਮ 'ਤੇ ਹੈਗਾ ਚੈਨਲ ਦਾ ਨਾਮ ਕੀ? ਸੁਖਸ਼ਿੰਦਰ ਸ਼ਿੰਦਾ ਦੇ ਨਾਮ, ਸੁਖਸ਼ਿੰਦਰ ਸ਼ਿੰਦਾ ਨਾਮ, ਪੰਛੀ ਉੱਡਣ ਕਾਣੇ ਤੁਸੀਂ ਆ ਜਾਓਗੇ ਅਤੇ ਉਹ ਸਭ ਕੁਝ ਉਹ ਤਾਂ ਹਾਂਜੀ ਉੱਡਣ ਕਾਣੇ ਚੱਲੀਏ ਤਾਂ ਸਾਰੇ ਵਿੱਚ ਉਹ ਆ ਜਾਏ, ਉੱਥੇ ਲਿੰਕ ਸਾਰੇ। ਬਿਲਕੁਲ ਜੀ ਬਿਲਕੁਲ, ਸਾਡੇ ਦਰਸ਼ਕ ਜਿਹੜੇ ਘਰਾਂ ਵਿੱਚ ਬੈਠੇ ਦੇਖ ਸਕਦੇ ਨੇ, ਕਦੇ ਵੀ ਨਿਆਣਿਆਂ ਨੂੰ ਕਹਿ ਕੇ ਜਿਹੜੇ ਹੈਗੇ ਨੇ ਜਿਹਨਾਂ ਕੋਲ ਫੋਨ 'ਤੇ ਆਪ ਨਹੀਂ ਹੈਗਾ, ਬਹੁਤ ਸਾਰਿਆਂ ਦਾ ਇੰਟਰਸਟ ਨਹੀਂ ਹੁੰਦਾ, ਨਿਆਣਿਆਂ ਨੂੰ ਕਹਿ ਕੇ ਤਾਂ ਫੋਨ 'ਤੇ ਜਾਂ ਹਾਂਜੀ ਹਾਂਜੀ ਜਿੱਥੇ ਮਰਜ਼ੀ ਗਾਣਾ ਉਹ ਦੇਖ ਸਕਦੇ। ਬਾਕੀ ਹੋਰ ਵੀ ਅੱਛੇ ਲਿਖਾਰੀ ਜਾਂ ਹੋਰ ਵੀ ਅੱਛੇ ਮਿਊਜ਼ਿਕ ਪ੍ਰੋਡਿਊਸਰ ਸਿੰਗਰ ਜੋ ਅੱਛਾ ਲੱਗਣਗੇ, ਅਤੇ ਹੋਰ
ਸਾਡੇ ਸਤਿਕਾਰ ਜੋ ਵੱਡੇ ਵੀਰ ਉਹ ਕਹਿੰਦੇ ਸਾਡੇ ਚੇਤਾ ਹੀ ਭੁਲਾ ਛੱਡੇ। ਮੈਂ ਕਹਿੰਦਾ ਨਹੀਂ ਏਦਾਂ ਦੀ ਗੱਲ ਨਹੀਂ, ਉਹਨਾਂ ਦਾ ਗੀਤ ਆ ਰਿਹਾ ਬਹੁਤ ਅੱਛੇ ਬੁਲੰਦ ਆਵਾਜ਼ ਦੇ ਮਾਲਕ। ਜੀ 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 ਉਹ ਕਦੇ ਤਾਂ ਹੱਸ ਬੋਲਵੇ ਤਾਂ ਬਹੁਤ ਚਰਚਾ। ਹਾਂਜੀ ਹਾਂਜੀ ਬਹੁਤ ਬਹੁਤ। ਅਤੇ ਅੱਛਾ ਤੁਸੀਂ ਹੋਰ ਕੋਈ ਪ੍ਰੋਜੈਕਟ ਕਿਸੇ ਸਿੰਗਰ ਦਾ ਜਾਂ ਕਿਸੇ ਦਾ ਜ਼ਿਕਰ ਕਰਨਾ ਚਾਹੋ ਜਿਨ੍ਹਾਂ ਦੇ ਵਿੱਚ ਤੁਹਾਡੀ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੋਰਟ ਰਹੀ ਹੈ ਜਾਂ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਜ਼ਿਕਰ ਕਰਨਾ ਬਣਦਾ? ਆਪਣੇ ਉਸਤਾਦਾਂ ਦਾ ਮੈਂ ਅੱਗੇ ਫਿਰ ਇੱਕ ਵਾਰੀ ਫਿਰ ਮੈਂ ਸਭ ਤੋਂ ਪਹਿਲਾਂ ਜਿਸ ਬਦੌਲਤ ਇਸ ਖਾਤਰ 'ਚ ਆਇਆ ਅਤੇ ਸਾਡਾ ਸਵਰਗੀਆ ਮੋਹਨ ਸਿੰਘ ਨਿਮਾਣਾ ਜੀ, ਉਸ ਤੋਂ ਬਾਅਦ ਕੁਲਦੀਪ ਸਿੰਘ ਮਥਾਰੂ, ਲਾਲ ਸਿੰਘ ਪੱਟੀ, ਉਸਤਾਦ ਬਲਦੇਵ ਨਾਰੰਗ ਜੀ, ਉਸ ਤੋਂ ਬਾਅਦ ਮੇਰੇ ਭਾਈ ਸਾਹਿਬ ਦੇ ਜਿੰਨੇ ਵੀ ਦੋਸਤ ਕੇ ਆਸ਼ੀਰਵਾਦ ਦਿੱਤਾ। ਕਈ ਦੁਨੀਆਂ 'ਚ ਨਹੀਂ ਰਹੇ ਤਾਂ ਬੜਾ ਮਨ ਨੂੰ ਦੁੱਖ ਲੱਗਦਾ, ਲੇਕਿਨ ਗੁਰੂ ਮਹਾਰਾਜ ਉਹਨਾਂ ਨੂੰ ਚਰਨਾਂ 'ਚ ਵਾਸ ਬਖਸ਼ੀ ਜਿੱਥੇ ਵੀ ਹੈ। ਜੀ ਬਿਲਕੁਲ। ਅਤੇ ਅੱਛਾ ਤੁਸੀਂ ਅਮਰੀਕਾ ਕਨੇਡਾ ਤੋਂ ਆ ਰਹੇ ਹੋ ਸ਼ੋਅ ਕਰਨ, ਹੋਰ ਕਿਹੜੇ ਕਿਹੜੇ ਕੰਟਰੀ 'ਚ? ਹੋਰ ਕਨੇਡਾ ਵੀ ਜਾ ਰਿਹਾ ਮੈਂ, ਬੋਬੀ ਨਾਗਰਾ ਜੀ ਸਾਡੇ ਵੱਡਾ ਵੀਰ ਉਹਦਾ ਧੰਨਵਾਦੀ ਸੀ, ਤਿਲਪਨੇਸਰ ਦਾ। ਅੱਛਾ ਜੀ। ਅਤੇ ਬੜਾ ਸਪੋਰਟ ਹੁੰਦਾ ਭਾਈ ਸਾਹਿਬ, ਕਿਸੇ ਦੇ ਇੱਦਾਂ ਨਹੀਂ ਵੀ ਮੈਂ ਜੋ ਕਰ ਦਿੱਤਾ, ਇਹ ਟੀਮ ਵਰਕ ਹੁੰਦੀ ਆ। ਬਿਲਕੁਲ ਜੀ, ਸ਼ੋਅ ਮੇਰੇ ਖਿਆਲ 'ਚ ਆਪਾਂ ਕਰਨ ਜਾਂਦੇ ਹਾਂ ਤਾਂ ਕਰਨਾ ਥੋੜ੍ਹਾ ਸੌਖਾ। ਤੁਹਾਡਾ ਮੀਡੀਆ ਜਿਸ ਪੰਜਾਬੀ ਦੇ ਵਿੱਚ ਜਿੰਨੇ ਵੀ ਮੀਡੀਆ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਆ ਜੀ। ਹਾਂਜੀ ਹਾਂ, ਨਹੀਂ ਬਿਲਕੁਲ ਬਿਲਕੁਲ। ਮੈਂ ਹੋਰ ਗੱਲ ਆ, ਅਸੀਂ ਗੀਤ ਕੱਢੀ ਦੇ ਨਾ ਅਤੇ ਫੋਨ 'ਤੇ ਤੁਹਾਨੂੰ ਵੀ ਆਉਂਦੇ ਹੋਣੇ ਗੀਤ ਆ ਜੀ ਜੀ। ਅਤੇ ਅੱਜ ਕੱਲ੍ਹ ਲੋਕ ਇੰਟਰਟੇਨ ਮੰਗਦੇ ਆ ਅਤੇ ਕਈ ਬੰਦਾ 15 ਸੈਕਿੰਡ ਦੀ ਟਪੂਸੀਆਂ ਮਾਰ ਰਿਹਾ ਮੋਟਰਸਾਈਕਲ 'ਤੇ, ਉਹ ਵੀ ਇੰਟਰਟੇਨ ਕਰ ਰਿਹਾ। ਹਾਂਜੀ ਹਾਂਜੀ ਜੀ ਜੀ। ਸੋ ਗੱਲ ਇਹ ਆ ਵੀ ਕੋਈ ਵੀ ਗੀਤ ਹੈ ਜਿਸ ਤਰ੍ਹਾਂ ਧਾਰਮਿਕ ਗੀਤ ਹੈ ਲੋਕਾਂ ਤੱਕ ਪਹੁੰਚ ਜਾਂਦੇ, ਇੰਨੀ ਵੱਡੀ ਗੱਲ। ਅੱਛਾ ਇੱਕ ਪਹਿਲਾਂ ਹੁੰਦਾ ਸੀ ਕੰਪਨੀਆਂ ਦੀ ਜੇ ਗੱਲ ਕਰੀਏ, ਕੰਪਨੀ ਹੁਣ ਤਾਂ ਹਰ ਕਲਾਕਾਰ ਹਰ ਸਿੰਗਰ ਦੀ ਆਪੋ ਆਪਣੀ ਕੰਪਨੀ, ਹਰ ਬੰਦੇ ਨੇ ਕੰਪਨੀ ਬਣਾਈ ਕਿਉਂਕਿ ਸਮਾਂ ਯੋਗ। ਹਾਂਜੀ ਬਿਲਕੁਲ। ਪਹਿਲਾਂ ਪੰਜਾਬ ਦੀਆਂ ਕੁਛ ਇੱਕ ਕੰਪਨੀਆਂ ਹੁੰਦੀਆਂ ਸੀ, ਜੇ ਇੰਗਲੈਂਡ ਦੀਆਂ ਗੱਲ ਕਰੀਏ ਤਾਂ ਇੰਗਲੈਂਡ ਦੀਆਂ ਵੀ ਇੱਕ ਦੋ ਕੰਪਨੀਆਂ ਤੁਹਾਡੀਆਂ ਹੁੰਦੀਆਂ, ਬੁੱਕਸ ਵਗੈਰਾ। ਹਾਂਜੀ ਇਹ ਹੁੰਦੀਆਂ ਸੀ ਮਿਊਜ਼ਿਕ। ਹਾਂਜੀ ਉਦੋਂ ਜਦੋਂ ਕਲਾਕਾਰ ਕੋਈ ਨਵਾਂ ਜਾਂਦਾ ਸੀ, ਮੈਂ ਜਰਨੈਲ ਘੁਮਾਨ ਉਹਨਾਂ ਨੂੰ ਸਾਨੂੰ ਕਾਫੀ ਵਿਚਰਨ ਦਾ ਮੌਕਾ ਮਿਲਿਆ ਸਟੂਡੀਓ ਦੇ ਵਿੱਚ, ਤੁਸੀਂ ਤਾਂ ਫਿਰ ਰਹੇ ਨਾਲ, ਤੇ ਉਦੋਂ ਕੋਈ ਕਲਾਕਾਰ ਜੇ ਆਉਂਦਾ ਸੀ ਸਿੰਗਰ ਤੇ ਉਹ ਕਹਿੰਦੇ ਸੀ ਬੈਠ ਵੀ ਕਾਕਾ ਦੱਸ ਤੇਰੇ ਗਲੇ 'ਚ ਕੀ ਆ, ਸੁਣਾ ਬਾਈ, ਉਹ ਵਧੀਆ ਹੁੰਦਾ ਸੀ, ਤੂੰ ਪੈਸੇ ਖਰਚ ਕੇ ਉੱਤੇ ਰਿਕਾਰਡ ਕਰਦਾ ਸੀ, ਤੇ ਅੱਜ ਕੱਲ ਉਹ ਕਹਿੰਦੇ ਜੀ ਤੂੰ ਗਲੇ ਨੂੰ ਛੱਡ, ਤੂੰ ਜੇਬ ਦੱਸ ਕੀ ਆ। ਤੇ ਇਹ ਜਿਹੜਾ ਗਾਇਕੀ ਦਾ ਫਰਕ ਆ ਗਿਆ, ਇਹਦਾ ਨੁਕਸਾਨ ਹੈ ਕਿ ਫਾਇਦਾ ਹੋਇਆ? ਨਹੀਂ ਨੁਕਸਾਨ ਵੀ ਹੈ ਤੇ ਫਾਇਦਾ ਵੀ ਆ। ਦੇਖੋ ਜਦੋਂ ਦੇ ਕੰਪਿਊਟਰ ਦਾ ਯੁੱਗ ਆਇਆ ਨਾ, ਹਾਂਜੀ, ਤੇ ਹਰੇਕ ਬੰਦੇ ਨੂੰ ਕਰਨਾ ਵੀ ਚਾਹੀਦਾ ਚਲੋ ਟਰਾਈ, ਲੇਕਿਨ ਆਸਾਨ ਹੋ ਗਿਆ ਨਾ ਕਿ ਗੀਤ ਤੁਸੀਂ ਆਪੇ ਵੀ ਕੱਢ ਸਕਦੇ, ਯੂਟਿਊਬ 'ਤੇ ਪਾ ਦੇ, ਕੋਈ ਕੰਪਨੀ ਨੂੰ ਮਿਊਜ਼ਿਕ ਬਣਾ ਕੇ ਚਲੋ ਜੀ। ਪਹਿਲਾਂ ਤਾਂ ਕੰਪਨੀ ਦੀ ਵੇਟ ਕਰਾਉਂਦੇ ਸੀਗੇ, ਹੁਣ ਤੁਹਾਡੀ ਰਿਕਾਰਡਿੰਗ ਕਰਨੀ ਭਾਵੇਂ ਸਾਲ 'ਚ ਕਰਾਂ ਭਾਵੇਂ 2 ਸਾਲ, ਤੁਸੀਂ ਕਹਿ ਥੋੜ੍ਹੀ ਸਕਦੇ ਹਾਂ ਜੀ। ਬਿਲਕੁਲ। ਵੈਸੇ ਤਾਂ ਅਸੀਂ ਗੱਲ ਅਗਰ ਕਰੀਏ ਤਾਂ ਯੂਟਿਊਬ ਨੇ ਕਲਾਕਾਰ ਵੀ ਬੜੇ ਕਿੰਨੇ ਵਿਚਾਰੇ ਗਰੀਬ ਕਲਾਕਾਰਾਂ ਨੂੰ ਮੌਕਾ ਦਿੱਤਾ, ਮੌਕਾ ਦਿੱਤਾ ਨੇ ਅਸੀਂ ਜੀ, ਕਾਫੀ ਜਿਹੜੇ ਉਂਗਲਾਂ 'ਤੇ ਗਿਣਨ ਵਾਲੇ ਨਾਮ ਹੈਗੇ ਨੇ ਜਿਹੜੇ ਕਿ, ਜਿਵੇਂ ਅਸੀਂ ਪਹਿਲਾਂ ਅਗਰ ਗੱਲ ਕਰਦੇ ਸੀ ਦੂਰਦਰਸ਼ਨ ਨੇ ਕਲਾਕਾਰ ਬਹੁਤ ਦਿੱਤੇ ਜੀ ਜੀ, ਫਿਰ ਤਕਰੀਬਨ ਉਦੋਂ ਦੂਰਦਰਸ਼ਨ ਦੇ ਹੁੰਦੇ ਸੀ, ਅੱਗੇ ਤਾਂ ਆਉਂਦਾ ਸੀ ਹਿੱਟ ਹੋ ਜਾਂਦੇ ਸੀ, ਸੋ ਅੱਛਾ ਪਲੇਟਫਾਰਮ ਆ ਕਿਸੇ ਨੂੰ ਆਪਣਾ ਕਲਾ ਪੇਸ਼ ਕਰਨ ਦਾ ਮੌਕਾ। ਪਰ ਇਹਦੇ 'ਚ ਇਹ ਹੋ ਗਿਆ ਸੌਖਾ ਕਿ ਅਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਜਿਹਦੇ ਚੰਗੀ ਚੀਜ਼ ਲੱਗੀ, ਕਿਉਂਕਿ ਸੜਕ 'ਤੇ ਵਿਚਾਰੀ ਗਾ ਰਹੀ ਹੈ, ਲੇਡੀ ਗਾ ਰਹੀ, ਕੋਈ ਬੱਚਾ ਗਾ ਰਿਹਾ, ਉਹ ਕਿਸ ਮੁਕਾਮ ਤੱਕ ਪਹੁੰਚ ਗਿਆ ਇਸ ਯੂਟਿਊਬ ਕਰਕੇ, ਯੂਟਿਊਬ ਕਰਕੇ ਜਾਂ ਸੋਸ਼ਲ ਮੀਡੀਆ ਕਰਕੇ, ਤੇ ਇਹ ਇੱਕ ਬਹੁਤ ਚੰਗੀ ਗੱਲ, ਬਹੁਤ ਵੱਡੀ ਗੱਲ ਹੈ। ਉਹ ਦੇਖਿਆ ਜਾਵੇ ਸੋਸ਼ਲ ਮੀਡੀਆ 'ਚ ਸਿਆਪੇ ਵੀ ਬਹੁਤ ਪਾਏ ਆ, ਬਹੁਤ ਬਹੁਤ ਲੜਾਈਆਂ ਵੀ ਬਹੁਤ ਕਰਾਈਆਂ। ਚਲੋ ਕੀ ਸੁਣਾਉਣਾ ਚਾਹੋਗੇ ਜੀ ਸਾਡੇ ਦਰਸ਼ਕਾਂ ਨੂੰ, ਕੁਛ ਨਵਾਂ ਪੁਰਾਣਾ ਤੁਹਾਡੀ ਮਨਪਸੰਦ ਦਾ? ਵੈਸੇ ਮੈਂ ਗੁੰਮਸੁੰਮ ਦੀਆਂ 2 ਲਾਈਨਾਂ ਜ਼ਰੂਰ ਸੁਣਨੀਆਂ ਚਾਹੁੰਦੇ, ਬਾਕੀ ਤੁਹਾਡੀ ਇੱਛਾ। ਠੀਕ ਹੈ ਜੀ, ਜਿੱਦਾਂ ਤੁਸੀਂ ਕਹੋਗੇ ਜਗੀਤ, ਤੁਹਾਡਾ ਪ੍ਰੋਗਰਾਮ ਮਹਾਰਾਜ ਤੁਹਾਨੂੰ ਤੁਹਾਨੂੰ ਨਹੀਂ ਜੀ ਨਹੀਂ ਪ੍ਰੋਗਰਾਮ ਕਹੋਗੇ ਤੁਸੀਂ ਜਿੱਦਾਂ ਚੱਲ ਪਏ ਜੱਗੀ ਦੇ ਮਹਾਰਾਜ, ਮੈਂ ਤੁਸੀਂ ਵਰਨ ਨਹੀਂ ਦੇਣਾ ਸਾਨੂੰ ਇੱਦਾਂ ਰੋਜ਼ ਸਕਦਾ। ਚਲੋ ਜੀ, ਗੁੰਮਸੁੰਮ ਗੁੰਮਸੁੰਮ ਪਿਆਰ ਦਾ ਮੌਸਮ, ਅੱਜ ਨਾ ਦਰਦ ਜਗਾ ਵੀ, ਹਲਕੀ ਹਲਕੀ ਚਲਦੀ ਬਦਲੀ, ਸਜਣਾ ਦੂਰ ਨਾ ਜਾਵੀ, ਗੁੰਮਸੁੰਮ ਗੁੰਮਸੁੰਮ। ਹਾਏ ਹਾਏ ਕਿਆ ਬਾਤ ਹੈ ਜੀ, ਗੀਤ ਤੁਹਾਡੇ ਜਿੰਨੇ ਵੀ ਆ ਸਾਰੇ ਸੁਣ ਕੇ ਮਿਹਰਬਾਨੀ, ਮਨ ਖੁਸ਼ ਹੋ ਜਾਂਦਾ। ਤੇ ਇੱਕ ਨਾ ਬਹੁਤ ਸਾਰੇ ਗੀਤ ਇਹ ਹੁੰਦੇ ਵੀ ਉਹਨੂੰ ਸਿਰਫ ਭੰਗੜਾ ਹੀ ਪਾਇਆ ਜਾ ਸਕਦਾ ਜੀ ਜੀ, ਸਕੂਨ ਨਹੀਂ ਮਿਲਦਾ, ਪਰ ਇਹ ਤੁਹਾਡੇ ਗੀਤ ਜਿਹੜੇ ਨੇ ਇਹਨਾਂ 'ਚ ਸਕੂਨ ਵੀ ਮਿਲਦਾ ਅਤੇ ਇੰਜੋਏ ਵੀ ਕਰਦੇ, ਇੰਟਰਟੇਨ ਵੀ ਹੁੰਦੇ ਹੈਗੇ ਨੇ। ਥੈਂਕ ਯੂ ਸੋ ਮਚ। ਅਤੇ ਚਲੋ ਮੈਂ ਜਿਹੜੇ ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਆ ਉਹਨਾਂ ਨੂੰ ਇੱਕ ਵਾਰ ਫਿਰ ਦੱਸ ਦਿਓ, ਸੁਖਸ਼ਿੰਦਰ ਸ਼ਿੰਦਾ ਜੀ ਇੱਥੇ ਆਏ ਹੋਏ ਸੀਗੇ, ਇਉਂ ਕਹਿ ਲਈਏ ਵੀ ਅਮਰੀਕਾ ਦੇ ਵਿੱਚ ਅਤੇ ਕੈਲੀਫੋਰਨੀਆ ਕੁਦਰਤੀ ਸੈਕਰਾਮੈਂਟੋ, ਅਤੇ ਇਹਨਾਂ ਨੂੰ ਬੇਨਤੀ ਕਰਕੇ ਅੱਜ ਦਾ ਪ੍ਰੋਗਰਾਮ ਇਹਨਾਂ ਦੇ ਨਾਲ ਤੁਹਾਡੇ ਰੂਬਰੂ ਕਰ ਰਹੇ ਹਾਂ। ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਊਗਾ ਪ੍ਰੋਗਰਾਮ। ਇਹਨਾਂ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਸੁਖਸ਼ਿੰਦਰ ਸ਼ਿੰਦਾ ਜੀ ਬਾਰੇ ਕੋਈ ਸ਼ੋਅ ਦੀ ਕੋਈ ਇਨਕੁਆਇਰੀ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਮੈਨੂੰ ਈਮੇਲ ਜਿਹੜੀ ਹੈ ਉਹ ਕਰ ਸਕਦੇ ਹੋ, jaggi@chessbroadcasting.com ਜਾਂ ਫਿਰ info@chessbroadcasting.com 'ਤੇ ਈਮੇਲ ਕਰ ਸਕਦੇ ਹੋ, ਜਾਂ ਤੁਹਾਨੂੰ ਇਹਨਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਜਾਂ ਕੰਟੈਕਟ ਨੰਬਰ ਚਾਹੀਦਾ ਤਾਂ ਵੀ ਮੈਨੂੰ ਤੁਸੀਂ ਸੰਪਰਕ ਕਰ ਸਕਦੇ ਹੋ। 209-450-3362 ਮੇਰਾ ਸੈੱਲ ਨੰਬਰ ਤੁਹਾਡੇ ਕੋਲ ਸਾਰਿਆਂ ਕੋਲ ਹੈਗਾ। ਸੋ ਸੁਖਸ਼ਿੰਦਰ ਸ਼ਿੰਦਾ ਜੀ ਅਤੇ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਜਿਹੜੇ ਪੂਰੀ ਦੁਨੀਆ ਵਿੱਚ ਸਾਡੇ ਪੰਜਾਬੀ ਬੈਠੇ ਨੇ,
ਅਤੇ ਗੁਰੂ ਘਰਾਂ 'ਚ ਬਾਹਰਲੇ ਮੁਲਕਾਂ ਸਾਡੀ ਇੱਕ ਮਜਬੂਰੀ ਹੈ ਕਿ ਅਸੀਂ ਪੰਜਾਬੀ ਜਿਹੜੀ ਹੈ ਬੋਲਦੇ ਨਹੀਂ ਹੈਗੇ, ਨਿਆਣੇ ਦੇ ਨਾਲ ਨਹੀਂ ਬੋਲਦੇ, ਅਤੇ ਨਿਆਣੇ ਫਿਰ ਉਹੀ ਘਰ ਵੀ ਅੰਗਰੇਜ਼ੀ ਅਤੇ ਬਾਹਰ ਵੀ ਅੰਗਰੇਜ਼ੀ। ਠੀਕ ਹੈ ਜੀ, ਮੈਂ ਇਹ ਹੋਕਾ ਵੀ ਦਿੰਦਾ ਹੁਣ, ਬੇਨਤੀ ਕਰਦਾ ਹੁਣ ਸਾਡੇ ਦਰਸ਼ਕਾਂ ਨੂੰ ਵੀ ਘਰੇ ਅਤੇ ਗੁਰੂ ਘਰਾਂ 'ਚ ਅਸੀਂ ਸਿਰਫ ਪੰਜਾਬੀ ਬੋਲੀ ਜਾਈਏ ਤਾਂ ਕੰਮ ਸਾਡਾ ਸੂਤ ਰਹਿ ਸਕਦਾ। ਬਿਲਕੁਲ, ਅਦਰਵਾਈਜ਼ ਇੰਗਲੈਂਡ 'ਚ ਚੌਥੀ ਪੀੜ੍ਹੀ ਸ਼ੁਰੂ ਹੋ ਗਈ। ਬਿਲਕੁਲ ਠੀਕ ਹੈ ਜੀ, ਪੰਜਾਬੀ ਪੱਗ ਵਾਲੇ ਤਾਂ ਦਿਖਦੇ ਨੇ, ਪੰਜਾਬੀ ਬੋਲਦੇ ਨਹੀਂ ਦਿਖਦੇ ਉੱਥੇ। ਬਿਲਕੁਲ, ਅਤੇ ਇੱਥੇ ਵੀ ਇਹ ਹਾਲ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕ ਜਿਹੜੇ ਲੱਖਾਂ ਇਸ ਸਮੇਂ ਦੇਖ ਰਹੇ ਨੇ? ਜੱਗੀ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦੀ ਹਾਂ ਸਾਰੇ ਸਰੋਤਿਆਂ ਦਾ, ਇਸ ਨਾਚੀਜ਼ ਨੂੰ ਇੰਨਾ ਪਿਆਰ ਦਿੱਤਾ। ਅਤੇ ਪੰਜਾਬੀ ਦੀ ਗੱਲ, ਇੱਕ ਸ਼ੇਰ ਮੈਂ ਅਖੀਰ ਦੇ ਵਿੱਚ ਬੋਲਾਂਗਾ, ਉਹ ਥੋੜ੍ਹਾ ਲੰਮਾ ਇਹ ਕੱਟਣਾ ਨਾ। ਕੋਈ ਗੱਲ ਨਹੀਂ, ਕੱਟਦੇ ਕੱਟਦੇ ਨਹੀਂ, ਫਿਕਰ ਨਾ ਕਰੋ, ਖਬਰ ਆ ਕੇ ਕਰਦਾ। ਮਾਰੀ ਮੋਟੀ ਜਿਹਨੂੰ ਵੀ ਅੰਗਰੇਜ਼ੀ ਆਉਂਦੀ ਹੈ, ਵਾਹ ਜੀ ਵਾਹ, ਉਹਨੂੰ ਸਾਰੀ ਦੁਨੀਆ ਜੀ ਜੀ ਅੱਖ ਬੁਲਾਉਂਦੀ ਹੈ। ਕੀ ਬਾਤ ਹੈ, ਮੰਜ਼ਿਲ ਕਦੇ ਨਸੀਬ ਨਹੀਂ ਹੁੰਦੀ ਡੋਲਣ ਵਾਲੇ ਨੂੰ, ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ, ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ, ਬੱਚਿਆਂ ਨੂੰ ਵੀ ਮਾਂ ਪਿਓ ਰੱਖਦੇ ਦੂਰ ਪੰਜਾਬੀ ਤੋਂ। ਕੀ ਬਾਤ ਹੈ ਜੀ, ਐਡੀ ਕਿਹੜੀ ਗਲਤੀ ਹੋ ਗਈ ਬੋਲੀ ਸਾਡੀ ਤੋਂ, ਐਡੀ ਕਿਹੜੀ ਗਲਤੀ ਹੋ ਗਈ ਬੋਲੀ ਸਾਡੀ ਤੋਂ, ਮਿਲੇ ਤਰੱਕੀ ਮਾਂ ਬੋਲੀ ਅੱਜ ਰੋਲਣ ਵਾਲੇ ਨੂੰ, ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ, ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ, ਇਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ਹੈ। ਇਸੇ ਭਾਸ਼ਾ ਵਿੱਚ ਲਿਖੀ ਗੁਰਬਾਣੀ ਮਿਲਦੀ ਹੈ, ਜਿਹਨੂੰ ਪੜ੍ਹ ਕੇ ਰੂਹ ਫੁੱਲਾਂ ਦੇ ਵਾਂਗੂ ਖਿਲਦੀ ਹੈ, ਜਿਹਨੂੰ ਪੜ੍ਹ ਕੇ ਰੂਹ ਫੁੱਲਾਂ ਦੇ ਵਾਂਗੂ ਖਿਲਦੀ ਹੈ, ਪੌਣਾ ਵਿੱਚ ਸੁਗੰਧਾਂ ਮਿੱਠੀਆਂ ਖੁੱਲਣ ਵਾਲੇ ਨੂੰ, ਕਿਉਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ, ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ। ਵਾਹ ਜੀ ਵਾਹ, ਬਹੁਤ ਵਧੀਆ ਭਾਅ ਜੀ, ਬਹੁਤ ਮਿਹਰਬਾਨੀ ਜੀ। ਮੈਂ ਕਹਿੰਦਾ ਆਨੰਦ ਆ ਗਿਆ ਪ੍ਰੋਗਰਾਮ ਦਾ, ਪ੍ਰੋਗਰਾਮ ਮੈਨੂੰ 6 ਸਾਲ ਹੋ ਗਏ ਵੈਸੇ ਕਰਦੇ ਨੂੰ, ਪਰ ਇਹੋ ਜਿਹੇ ਪ੍ਰੋਗਰਾਮ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਹੁੰਦੇ ਵੀ ਜਦੋਂ ਖੁਦ ਵੀ ਪੂਰਾ ਪ੍ਰੋਗਰਾਮ ਇੰਜੋਏ ਕੀਤਾ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਮੈਂ ਇੱਕ ਵਾਰ ਫਿਰ ਦੱਸ ਦੇਵਾਂ ਕਿ ਅੱਜ ਦਾ ਪ੍ਰੋਗਰਾਮ ਰਿਕਾਰਡਡ ਸੀਗਾ, ਸੁਖਸ਼ਿੰਦਰ ਸ਼ਿੰਦਾ ਜੀ ਸਾਡੇ ਕੋਲ ਆਏ ਸੀ ਰਿਕਾਰਡ ਕੀਤਾ। ਨਵਾਂ ਗੀਤ ਇਹਨਾਂ ਦਾ ਉੱਡ ਨਨਕਾਣੇ ਚੱਲੀਏ, ਜਿਹੜਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਜ਼ਰੂਰ ਦੇਖੋ, ਜ਼ਰੂਰ ਪਸੰਦ ਕਰੋਗੇ। ਵੈਸੇ ਅਸੀਂ ਦਿਖਾਇਆ ਵੀ ਸੀ, ਦੁਬਾਰਾ ਫਿਰ ਤੁਹਾਨੂੰ ਦਿਖਾਉਂਦੇ ਰਹਾਂਗੇ। ਫਿਲਹਾਲ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਅਤੇ ਸ਼ਿੰਦਾ ਭਾਅ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ, ਸਭ ਦਾ ਭਲਾ।